ਹੋ 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 ਆਇ ਤੇ ਖਾਂਸਾ ਬਹੁਤ ਠੰਡੇ ਗੀਏ ਐਸੀ ਵੈਸੀ ਐਸੀ ਵੈਸੀ ਮੈਂ ਤੇ ਕਹਿਣਾ ਕਿਸੇ ਉਥੇ ਕਿਤੇ ਡੇਰੇ ਤੇ ਚੱਲ ਕੇ ਕੋਈ ਛਾਪੇ ਬਾਲੀਏ ਹੈ ਇਹ ਤੇ ਨਿੱਕੀ ਕਰੋਗੇ ਤੁਸੀਂ ਕੋਈ ਦੁਆਵਾ ਲਵੋਗੇ ਖੁਦਾ ਦੀ ਉਹ ਅੱਗੇ ਦਾ ਮਜ਼ਾ ਲਈਏ ਇੱਥੇ ਤੇ ਅੱਜ ਬਹੁਤ ਠੰਡਾ ਮਜ਼ੇ ਆ ਜਾਣਗੇ ਫਿਰ ਬਾਅਦ ਵਿੱਚ ਮਜ਼ੇ ਆ ਬਸ ਯਾਰ ਬਾਸਾ ਅੱਜ ਕਿ ਐਸੀ ਸਰਦੀ ਤਾਂ ਬਾਬਾ ਜੀ ਬਰਫ਼ ਜਮਾਉਣ ਵਾਲੀ ਸਤਿ ਦੇਖੋ ਹੋ 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 ਅੱਗਾਉਂ ਕੰਮਾੜਾ ਜਾ ਕੇ ਬਹੁਤ ਜਿਆਦਾ ਕਿ ਅੱਗਾ ਲੱਗੀ ਅੱਗ ਅੰਦਰ ਤੁਹਾਡੇ ਤਾਂ ਅੰਦਰ ਹੀ ਅੱਗ ਲੱਗੀ ਰਾਤੀ ਨੇ ਨਾ ਲੱਗਾ ਫੰਕਸ਼ਨ ਫੇ ਉਹ ਜਾ ਨੈਸ਼ਾ ਕਿੱਥੇ ਮੱਥੇ ਲੱਗ ਜਾਣਾ ਤੂੰ ਸਾਡੇ ਰਾਤੀ ਫੇ ਖੜੇ ਰਹੇ ਧੁੰਦੀ ਵਜ੍ਹਾ ਤੋਂ ਪਹੁੰਚਿਆ ਹੀ ਨਹੀਂ ਗਿਆ ਰਾਤੀ ਫੇ ਓਏ ਹਾਫ ਤੇਨੂੰ ਕੀ ਤੂੰ ਹੀ ਐਸਾ ਨੈਸ਼ਾ ਜਦੋਂ ਟੱਕਰ ਦਾ ਕੋਈ ਨਾ ਕੋਈ ਮਸਲਾ ਖੜਾ ਹੋ ਜਾਂਦਾ ਰਾਤੀ ਆਪਣੇ ਲੋਕ ਕਾਪੀਆਂ ਲੈ ਲੈ ਕੇ ਗਏ ਸੀ ਕਿ ਉੱਥੇ 2-3 ਲੱਖ ਦਾ ਲੱਗੂਗਾ ਲੱਗ ਗਿਆ ਅੱਜ ਰਾਤੀ ਤੇਰੀ ਵਜ੍ਹਾ ਤੋਂ ਬਲਜਾ ਤੂੰ ਹੀ ਟੱਕਰ ਜਾਣਾ ਮੱਥੇ ਲੱਗ ਆ ਜਿਹੜਾ ਦੁਰਮਟ ਇਹ ਕਹਦਾ ਨੈਸ਼ਾ ਤੇ ਮੇਰੇ ਖਾਸਾ ਮੈਂ ਕਿਹਾ ਮੁਰਜਾ ਰਾਣਾ ਇਸ ਗੱਲ ਤੋਂ ਮੁਰਜਾ ਕੁਛ ਨਹੀਂ ਪਿਆ ਹਾਏ ਸਮਝ ਲੱਗੀ ਨਾ ਤੂੰ ਨਹਿਸ਼ ਅਵਲ ਦਰਜੇ ਦਾ ਹਾਂ ਸਮਝ ਲੱਗੀ ਨਾ ਬੱਬਲੇ ਨਹਿਸ਼ ਵੇਖੇ ਬਾਕੀ ਰਾਲਾ ਸਾਹਿਬ ਤੁਹਾਡੇ ਤੋਂ ਥੱਲੇ ਹਾਂ ਆ ਫਰੀ ਰਾਤੀ ਰਾਤੀ ਕੋਈ ਫੰਕਸ਼ਨ ਨਹੀਂ ਲੱਗਾ ਪੈੜਿਆ ਚੰਗਾ ਹੋਇਆ ਚੰਗ ਚੰਗਾ ਹੋਇਆ ਬਹੁਤ ਸਾਰਾ ਨਹਿਸ਼ਾ ਆਏ ਬਲੱਜਾ ਬਸੀਠਾ ਅੱਲਾ ਕਰੇ 12 ਮਹੀਨੇ ਤੇ ਤੁੰਦੀ ਪਿਆ ਕਰੇ ਕਿਉਂ ਇੱਥੇ ਮਰੀ ਚ ਰਹਿੰਦੇ ਆਸੀਂ ਮਰੀ ਚ ਰਹਿੰਦੇ ਆ ਉਹਦੋਂ 5000 ਰੁਪਏ ਦਾ ਰਾਮ ਮੰਗਿਆ ਦਿੱਤਾ ਮੈਨੂੰ ਤੇ 5000 ਤੈਨੂੰ ਕਾਹਦਾ ਦਈਏ ਤੈਨੂੰ ਕਾਹਦਾ ਦਈਏ ਤੂੰ ਸਾਡਾ ਕੀ ਸਾਡਾ ਕੂਲਰ ਭਰ ਕੇ ਲਿਆਉਣਾ ਆ ਨੈਸ਼ਾ ਆ ਮਰੇ ਆ ਬਲੱਜਾ ਬਸੀਠਾ ਜਦੋਂ ਵੀ ਸਾਡੇ ਮੱਥੇ ਲੱਗਦਾ ਕੋਈ ਨਾ ਕੋਈ ਨੁਕਸਾਨ ਹੀ ਕਰਾ ਕੇ ਹਟਦਾ ਤੂੰ ਸਾਡਾ ਹਾਂ ਭੜਿਆ ਜਾ ਕਿਤੇ ਪੌਰੀਆਂ ਵਾਲਾ ਲੋਕਾਂ ਦਾ ਰਸਤਾ ਕਾਲੀ ਬਿੱਲੀ ਕੱਟੇ ਨਾ ਤੇ ਕੰਮ ਨਹੀਂ ਹੁੰਦਾ ਸਾਡਾ ਰਸਤਾ ਆ ਬੰਦਾ ਕੱਟੇ ਸਾਡਾ ਕੰਮ ਨਹੀਂ ਹੁੰਦਾ ਓਏ ਮੈਂ ਪੱਕਾ ਸਮਾ ਲਿਆ ਕਿੱਧਰ ਗਈਆਂ ਕਾਪੀਆਂ ਪਈਆਂ ਰਹਿ ਗਈਆਂ ਉੱਥੇ ਓਏ ਆਹ ਪਈਆਂ ਰਹਿ ਗਈਆਂ ਫੇਰ ਤੈਨੂੰ ਕੀ ਮੂੰਹ ਸਵਾਰਦੇ ਰਹਿ ਗਏ ਹੁਣੇ ਕਿ ਉੱਥੇ ਜਾ ਕੇ ਛੋਟਾ ਗੋਸਤ ਖਾਵਾਂਗੇ ਖਾ ਲਿਆ ਖਾਵਾਂਗੇ ਵੇਖਾ ਕੋਈ ਨਹੀਂ ਫੇਰ ਤੈਨੂੰ ਕੀ ਤਕਲੀਫ ਹੈ ਖਾਰਾ ਕੇ ਚਾਰਨਾ ਹੀ ਖਾਦੀ ਹੁੰਨੀ ਪਰ ਠੀਕ ਹੈ ਫਿਰ ਜੋ ਸ਼ੁਕਰ ਅਲਹਮਦੁਲਿਲਾਹ ਅਬੇ ਕੁੜਾਈ ਸਾਹਿਬ ਬਸੀਠਾ ਤੂੰ ਸਾਡੇ ਮਗਰ ਕਿੱਥੇ ਪੈ ਜਾਣਾ ਮੂੰਹ ਵੇਖੋ ਇਸ ਟਾਈਮ ਕਿਦਾਂ ਦੇ ਹੋਏ ਤੁਸੀਂ ਜਿਵੇਂ ਤੁਹਾਡਾ ਫੰਕਸ਼ਨ ਲੱਗਦਾ ਉਦੋਂ ਤੁਹਾਡੇ ਸਵੇਰੇ ਨਾਸ਼ਤੇ ਲਜਾਣੀਆਂ ਹੀ ਹੋਰ ਹੁੰਦੀਆਂ ਨਾਸ਼ਤੇ ਲੈਣ ਜਾ ਰਹੇ ਉਹਨੇ ਫੰਕਸ਼ਨ ਤੋਂ ਬਾਅਦ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਣ ਦੇ ਹੁੰਦੇ ਬੰਦਾ ਨਹੀਂ ਸਮਝਦੇ ਹੁੰਦੇ ਛੱਡ ਤੂੰ ਇਹਦੇ ਮਗਰ ਕਿੱਥੇ ਲੱਗਦਾ ਮੈਂ ਲੈ ਆਉਂਗਾ ਪਹਿੜਿਆ ਕਿੱਥੇ ਸਾਡੇ ਨੈਸ਼ਾ ਮੱਥੇ ਲੱਗ ਜਾਂਦਾ ਤੂੰ ਐਸਾ ਨਲਾਇਕ ਆਏਗਾ ਤੇ ਲੱਗਣਾ ਹੀ ਨਹੀਂ ਫੰਕਸ਼ਨ ਤੇਰੀ ਜ਼ਬਾਨ ਹੀ ਕਾਲੀ ਆ ਫੰਕਸ਼ਨ ਲੱਗਣਾ ਹੀ ਨਹੀਂ ਤੁਹਾਡਾ ਕਿਉਂ ਹਾਂ ਇਹ ਇਦਾਂ ਹੀ ਤੁੰਦਾ ਹੀ ਰਹਿਣੀ ਆ ਕਿਉਂ ਟੀਵੀ ਵਾਲੇ ਨਕਲੇ ਨੇ ਦੱਸਿਆ ਅਗਲੇ ਕਹਿੰਦੇ ਅਗਲੇ 7 ਮਹੀਨੇ ਤੁੰਦਾ ਪੈੜੀਆਂ ਓਏ 7 ਮਹੀਨੇ ਹਾਂ ਸਾਹਿਬ ਆ ਤੇਰੀ ਤੇ ਜ਼ਬਾਨ ਹੀ ਕਾਲੀ ਆ ਨਾਲੇ ਤੇਰੇ ਕਹਿਣ ਤੇ ਕਿਤੇ ਮੌਸਮ ਬਦਲ ਜਾਣਾ ਹੈ ਪਹਿੜਿਆ ਤੂੰ ਕੋ ਮਹਿਕਮਾ ਮੌਸਮੀਆਂ ਚ ਲਗਾ ਹਾਂਜੀ ਅਗਲੇ ਟੀਵੀ ਤੇ ਮੈਂ ਸੁਣਿਆ ਕੀ ਸੁਣਿਆ ਤੂੰ ਉਹ ਕੁੜੀ ਦੱਸਣ ਦੀ ਸੀ ਕਿਹੜੀ ਕੁੜੀ ਕਹਿੰਦੀ ਐ ਠੰਡ ਹਲੇ ਤੋੜੋ ਤੋੜ ਇੱਕ ਹੋਰ ਨੇ ਪਤਾ ਕੀ ਖਬਰ ਦਿੱਤੀ ਕੀ ਖਬਰ ਦਿੱਤੀ ਉਹਨੇ ਖਬਰ ਦਿੱਤੀ ਕਿ ਹਜ਼ਰਤ ਇੱਕ ਜ਼ਰੂਰੀ ਐਲਾਨ ਸੁਨੇ ਅੱਛਾ ਟਾੜੀ ਮਾਰ ਠੰਡ ਆ ਰਹੀ ਐ ਅਗਲੇ ਦਿਨ ਉਹ ਜਾਂਦਾ ਫਾਹ ਜਾ ਕੇ ਦੇਖੋ ਤੂਫਾਨ ਕਿਤੇ ਮਗਰੋਂ ਲੈ ਜਾ ਸਾਡੇ ਤੂੰ ਕਿੱਥੇ ਔਰ ਜਿੱਦਣ ਮੱਥੇ ਲੱਗਦਾ ਉਸ ਦਿਨ ਹੀ ਕੋਈ ਨਾ ਕੋਈ ਸਿਆਪਾ ਪੈ ਜਾਂਦੀ ਕਿਸਮੇ ਐਸਾ ਨਾ ਲਿਆ ਮੇਰੇ ਲੋਕ ਕਿਨੇ ਖੜੇ ਹੋਏ ਚਾਰ ਚਾਰ ਰਜ਼ਾਈਆਂ ਜੋੜ ਲਓ ਮਰਾਸੀਓ ਚਾਰ ਚਾਰ ਰਜ਼ਾਈਆਂ ਦਫਾ ਹੋਗਾ ਮੰਗਾ ਜਾ ਜਾ ਮਗਰੋਂ ਨਾ ਜਾ ਕਿਤੇ ਉਹ ਵਜੇ ਤੈਨੂੰ ਕਿਤੇ ਬੰਬ ਹਰੇ ਹਲਾ ਤੁਰੇ ਫਿਰਦੇ ਨਾ ਕੀ ਤੁਰੇ ਫਿਰਦੇ ਆ ਹਾਂ ਚੰਤਰੀ ਆ ਪੈਂਟ ਪਾਈ ਆ ਬੂਟ ਪਾਏ ਆ ਉੱਤੇ ਮਾੜੀ ਜੀ ਆ ਟਾਕੀ ਜੀ ਲਈ ਬਸ ਆ ਤੁਸੀਂ ਦੇਖੋ ਖੇਸ ਕਿਦਾਂ ਬਲੇ ਆਪਣਾ ਦੇਖ ਆ ਆ ਆ ਕਿਦਾਂ ਤੂੰ ਬਲਿਆ ਫੌਤ ਹੋ ਗਿਆ ਤੂੰ ਫੌਤ ਹੋ ਗਿਆ ਕੀ ਫੌਤ ਵਾਲੀ ਕਿਹੜੀ ਗੱਲ ਆ ਇਹ ਨਾਲਾ ਬਲਿਆ ਹੋਵੇ ਤਾਂ ਫੇਰ ਭਾਵੇਂ ਫੌਤ ਹੋ ਜਾਣ ਹਾਏ ਇਹ ਬਚਾ ਰਿਹਾ ਹੈ ਠੰਡ ਦਾ ਇhtਰਾਮ ਕਰਨਾ ਚਾਹੀਦਾ ਤੁਸੀਂ ਤਾਂ ਹੋ ਗਏ ਰਾਣੇ ਮੈਂ ਤਾਂ ਕ ਉੱਤੋਂ ਪਠਾਨ ਉੱਤੋਂ ਪਠਾਨ ਲੱਗਣ ਨੇ ਥੱਲੇੋਂ ਤਾਂ ਖਾਨ ਸਾਹਿਬ ਲੱਗਣ ਨੇ ਓਏ ਗਰਮ ਟੋਪੀ ਆ ਤੈਨੂੰ ਕੀ ਪਤਾ ਭੜਿਆ ਠੰਡ ਤੋਂ ਬਚਣਾ ਚਾਹੀਦਾ ਦੂਜੇ ਤਰੀਕੇ ਨਾਲ ਮਗਰੋਂ ਲਾਈਏ ਉਹ ਕੀ ਮਗਰੋਂ ਲੈਣਾ ਕੀ ਇਹ ਤੈਨੂੰ ਹਾਂ ਜਾਓ ਜਾ ਕੇ ਤੇ ਆਗੋ ਕਿਸੇ ਕੋ ਖਰਾਬ ਫੰਕਸ਼ਨ ਉਹ ਸੇਕ ਲਾਂਗੇ ਸੇਕ ਲਾਂਗੇ ਇਹਦੇ ਪਿਓ ਨੂੰ ਲਾਮਾ ਦਈਏ ਜਾ ਕੇ ਓਏ ਮੇਰੀ 1 ਮਿੰਟ ਗੱਲ ਸੁਣ ਲੈ ਮੈਂ ਬਹੁਤ ਦੇਖ ਲਿਆ ਤੇਰਾ ਮੂੰਹ ਅੱਜ ਮੈਂ ਤੇਰੇ ਪਿਓ ਨੂੰ ਸ਼ਿਕਾਇਤ ਲਾ ਕੇ ਹੀ ਹਟਣਾ ਆਈ ਤੂੰ ਉੱਥੇ ਸਾਹਮਣੇ ਹੋਏਗਾ ਤੇ ਤੇਰੇ ਉੱਥੇ ਸਾਡੇ ਸਾਹਮਣੇ ਤੇਰੇ ਉਹਨੇ ਕੰਨ ਫੜਾਉਣੇ ਚਲੋ ਅਸੀਂ ਪੜਾ ਗਿਆ ਕਿਤਾਬੀ ਰਾਣਾ ਸਾਹਿਬ ਤੇ ਗੱਲ ਨਾ ਪਹੁੰਚੀ ਉਹ ਮੇਰਾ ਪੁੱਤਰ ਪਚਾ ਕੇ ਹਟੀ ਗਿਆ ਉਹ ਮੇਰਾ ਪਚੈਤੀ ਆਦਮੀ ਹੈ ਅਗਲਾ ਕਤਲਿਆ ਕਤਲਾ ਨਹੀਂ ਨਾ ਜਿਹੜੀਆਂ ਪਚੈਤਾ ਨੇ ਉਹਨਾਂ ਦੇ ਫੈਸਲੇ ਕਰਦਾ ਹੈ ਠੀਕ ਆ ਹਾਂ ਤੇ ਉਹ 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 ਤਾਂ ਇੰਜ ਤੋਲਦਾ ਤਕੜੀ ਚ ਇੰਜ ਪੂਰਾ ਪੂਰਾ ਜੇ ਤੁਹਾਡਾ ਕਸੂਰ ਹੋਇਆ ਤੁਹਾਨੂੰ ਤਾਂ ਕਹੇਗਾ ਕੁਝ ਤੇ ਜੇ ਮੇਰਾ ਕਸੂਰ ਹੈ ਤੁਹਾਡੇ ਸਾਹਮਣੇ ਉੱਥੇ ਮੈਨੂੰ ਲਿੱਤਰ ਮਾਰੇਗਾ ਬਿਲਕੁਲ ਠੀਕ ਆ ਅਸੀਂ ਦੱਸ ਦਿਆਂਗੇ ਤੁਹਾਡੇ ਕੋਲ 5000 ਮੰਗਦਾ ਸ਼ਿਕਾਇਤਾਂ ਲਾਵਾਂਗੇ ਤੇਰੀ ਮੇਸ਼ਾ ਅੱਜ ਤੇਰਾ ਸਾਹਮਣੇ ਉੱਥੇ ਬਕਾਇਦਾ ਬਹਿ ਕੇ ਗੱਲ ਹੋਊਗੀ ਆਉਜੀ ਖਾਨ ਸਾਹਿਬ ਚੱਲ ਜਾਈਏ ਆ ਤੇਰੇ ਪਿਓ ਨੂੰ ਦੱਸਦੇ ਆ ਚਲੋ ਹਾਂ ਮੈਂ ਵੀ ਤੁਹਾਡੇ ਮਗਰ ਮਗਰ ਹੀ ਆ ਮੇਰੇ ਪਸਾਡੇ ਤੋਂ ਵੈਸੇ ਬੜੇ ਅਰਸੇ ਤੋਂ ਸਾਡੇ ਮਗਰ ਆ ਮੇਸ਼ਾ ਆਜੋ ਮੈਂ ਆਪਣੇ ਪਿਓ ਨੂੰ ਜਾ ਕੇ ਦੱਸਦਾ ਦੱਸਦਾ ਕਿ ਅਸੀਂ ਵੀ ਆ ਰਹੇ ਹਾਂ ਉੱਥੇ ਅਸੀਂ ਤਾਂ ਬੁਲਾਉਂਦੇ ਰਹਿ ਵੀ ਵੱਡੇ ਰਾਣਾ ਸਾਹਿਬ ਤੇ ਕਰ ਗੱਲ ਨਾ ਪਹੁੰਚੇ ਲੇਕਿਨ ਅਸੀਂ ਅੱਜ ਪਹੁੰਚਣਾ ਹੀ ਪੁੱਤਰ ਜੋ ਤੇਰੇ ਕੋਲ ਹੁੰਦਾ ਤੂੰ ਕਰ ਲਈ ਹਾਂ ਠੀਕ ਆਜੋ ਆਓ ਚੱਲੀਏ ਉੱਥੇ ਤੂੰ ਚਿੰਬੜ ਗਿਆ ਸ਼ਰੇਸ਼ ਬਣ ਕੇ ਮਗਰੋਂ ਨਹੀਂ ਲੈਂਦਾ ਸਾਡਿਓ ਸਟਾਪ ਹੋ ਫੇ ਮੋਲ ਖਦੇ ਹਲਹਾ ਸਾਹਿਬ ਓਏ ਕੋਣ ਆ ਬਈ ਓ ਲੰਗਿਆ ਬੂਆ ਖੁੱਲਾ ਹੀ ਆ ਆ ਜਾਓ ਵੀ ਆ ਜਾਓ ਜਨਾਬੇ ਅਲੀ ਵਾਜੀ ਅੱਜ ਤਾਂ ਬੜੀ ਠੰਡ ਆ ਬਈ ਭਾਈ ਜਰਾ ਬੱਲੇ 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 ਆ ਮੈਂ ਕਿਹਾ ਜੀ ਅਸਲਾਮੁਅਲੈਕਮ ਜੀ ਵੱਡੇ ਰਾਣਾ ਸਾਹਿਬ ਕਿੱਥੇ ਨੇ ਵਾਅਲੈਕਮ ਸਲਾਮ ਹਾਂ ਜੀ ਕੀ ਹਾਲ ਚਾਲ ਆ ਤੁਹਾਨੂੰ ਕੱਡੇ ਕੋ ਵੱਡੇ ਚਾਹੀਦੇ ਆ ਰਾਣਾ ਸਾਹਿਬ ਹੀ ਬੈਠੇ ਵੱਡੇ ਰਾਣਾ ਸਾਹਿਬ ਆ ਤੁਸੀਂ ਹੋ ਮਾਹੀ ਹੁਣ ਤੱਕ ਤੇ ਮਾਹੀ ਸੀ ਤੁਹਾਡੇ ਹੁੰਦੇ ਆ ਪਤਾ ਨਹੀਂ ਕਿਹੜਾ ਚੱਲ ਪਿਆ ਰਾਣਾ ਕੋਈ ਅੱਛਾ ਜੀ ਉਹ ਮੈਂ ਅਖਬਾਰ ਤਾਂ ਸਿੱਧੀ ਫੜੋ ਆ ਕੋਠੀ ਫੜੀ ਹੈ ਇਹ ਅਖਬਾਰ ਤਾਂ ਇਸ ਆਖੀਰ ਦੇ ਨਿਸ਼ਾਨ ਤੇ ਕਮਲਿਆ ਨੇ ਇੱਧਰੋਂ ਡਿੱਤੇ ਓਏ ਅਖਬਾਰ ਤਾਂ ਇਸ ਮੁਲਕ ਦੀ ਨਹੀਂ ਹੈ ਕਿਹੜੇ ਮੁਲਕ ਦੀ ਅਖਬਾਰ ਪੜੀ ਜਾਂਦੇ ਤੁਸੀਂ ਬੈਠੋ ਬੈਠੋ ਸਿੱਧੀ ਫੜੋ ਬੱਸ ਸਿੱਧੀ ਖਲੋਤੀ ਹੋਵੇ ਤੁਹਾਡੇ ਹਿਸਾਬ ਜੀ ਤਾਂ ਉਲਟ ਗਈ ਹੋਣੀ ਹਾਏ ਪੁੱਤ ਹਾਏ ਹਾਏ ਮਾਹੀ ਜੀ ਵਾ ਰਾਣਾ ਸਾਹਿਬ ਆ ਚਾਇਨਾ ਦੀ ਅਖਬਾਰ ਪੜਨ ਲਾਇਆ ਤੁਸੀਂ ਅੱਛਾ ਅੱਲਾ ਝੋਟ ਨਾ ਬਲਾਏ ਤੁਸੀਂ ਗੱਲਾਂ ਤਾਂ ਮੈਨੂੰ ਮਰਾਸੀ ਲੱਗਦੇ ਲਾਹ ਚਾਹ ਖੈਰ ਹੋਵੇ ਅਸੀਂ ਮਰਾਸੀ ਆ ਜਨਾਬ ਦਾਦੇ ਅਸੀਂ ਇਸ ਪਿੰਡ ਦੇ ਅੱਛਾ 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 ਹੋਰ ਸੁਣੋ ਕਿੱਦਾਂ ਹਣੀ ਹੋਈ ਫੇਰ ਅੱਜ ਅੱਜ ਅਸੀਂ ਆਏ ਆ ਤੁਹਾਡੇ ਵਾਲੀ ذرا ਇੱਕ ਗੱਲ ਮਿਲਣਾ ਸੀ ਅੱਜ ਤੁਸੀਂ ਇਹ ਫੈਸ਼ਨ ਕੀ ਕਰਕੇ ਬੈਠੇ ਹੋ ਜੀ ਹਾਂ ਫੈਸ਼ਨ ਕਿਹੋ ਜਿਹਾ ਕੀਤਾ ਸੋ ਜਿਆਦਾ ਇਹੋ ਜਿਹਾ ਫੈਸ਼ਨ ਕੀਤਾ ਆਹੋ ਵੀ ਆ ਤੁਸੀਂ ਇਹ ਵੇਖੋ ਤੁਸੀਂ ਲਾਲ ਰੰਗ ਦੀ ਟੋਪੀ ਪਾਈ ਆ ਇਸ਼ਾਰੇ ਤੇ ਖੜੇ ਆ ਤੁਸੀਂ ਇਸ਼ਾਰੇ ਤੇ ਤੁਹਾਡੇ ਵਿੱਚ ਬੱਸ ਵੱਜ ਗਈ ਹੈ ਉਹ ਨਹੀਂ ਹਾਂ ਹਾਂ ਸਾਡਾ ਕੋ ਗੱਲਾਂ ਆਇਆ ਹੁਣ ਮੈਂ ਉੱਥੋਂ ਬਾਗਬੋਗ ਕਰਦਾ ਆਇਆ ਤੇ ਇੱਥੇ ਬੈਠਾ ਮੈਂ ਮੁੰਡੇ ਨੂੰ ਕਿਹਾ ਕਿ ਚਲੋ ਰਾਸ਼ਤਾ ਬਣਵਾ ਜਾ ਕੇ ਮੈਂ 10 ਮਿੰਟ ਅਖਬਾਰ ਦਾ ਮਜ਼ਾ ਲੈ ਲਵਾਂ ਵਾਹ ਬਈ ਵਾਹ ਅੱਗ ਵੀ ਬਸ਼ੱਰ ਅੱਲਾ ਸੋਹਣੀ ਵਾਲੀ ਆ ਤੁਸੀਂ ਮੈਂ ਕਿਹਾ ਸਰਕਾਰ ਇਹ ਕਿਹੜਾ ਤਰੀਕਾ ਹੈ ਹਾਂਜੀ ਇੱਕ ਹੱਥ ਤੇ ਦਸਤਾਨਾ ਪਾ ਜਾਏ ਇੱਕ ਬਿਨ ਬਗੈਰ ਦਸਤਾਨੇ ਤੋਂ ਇੱਕ ਹੱਥ ਨੂੰ ਠੰਡ ਲੱਗਦੀ ਦੂਜੇ ਨੂੰ ਨਹੀਂ ਲੱਗਦੀ ਓਏ ਰਾਣਿਆਂ ਦਾ ਕੋ ਆਪਣਾ ਸਟਾਈਲ ਹੁੰਦਾ ਕਾਕਾ ਕੀ ਮਤਲਬ ਸਟਾਈਲ ਕੀ ਆ ਲੱਕੜ ਦਾ ਪਰਲਾ ਅਸਲ ਦੇ ਵਿੱਚ ਮੈਨੂੰ ਨਾ ਗੱਡੀਆਂ ਦੇ ਵਿੱਚ ਨਹੀਂ ਬੰਨ੍ਹਦਾ ਸ਼ੌਕ ਅੱਛਾ ਮੁੰਡੇ ਨੇ ਵੱਡੀ ਗੱਡੀ ਲ ਸਾਡਾ ਮੋਟਰਸਾਈਕਲ ਤੇ ਨਿਕਲ ਜਾਨਾ ਜਿਹੜਾ ਹੱਥ ਗੀਸੇ ਚ ਆਦ ਨਾ ਰੇਸ ਰੋਸ ਜਰਦਾ ਰੰਨਾ ਤਾਂ ਫਿਰ ਇਧਰ ਪਾਈਦਾ ਅੱਗੋਂ ਪਾਓ ਸਿੱਧੀ ਮੋਟਰਸਾਈਕਲ ਟਾਲੀ ਚ ਜਾ ਵਜੇ ਹਾਏ ਹੇ ਕੂੜਪੁਣਾ ਦੋਵੇਂ ਹੱਥ ਪਾਈ ਤੇ ਹੁੰਦੇ ਸਵਾਰੀ ਐਸੀ ਜਾਓ ਹਾਂਜੀ ਮੋਟਰਸਾਈਕਲ ਜਿਹੜੀ ਹੈਗੀ ਆ ਰਾਣਾ ਸਾਹਿਬ ਉਹ ਦੋ ਹੱਥਾਂ ਨਾਲ ਚਲਾਈਏ ਤੇ ਸਹੀ ਚੱਲਦੀ ਆ ਹੁਣ ਦੂਜਾ ਨਾਲ ਤੁਹਾਡਾ ਲਿਆਇਆ ਕਰ ਹਾਂ ਸਾਹਿਬ ਰਾਣਾ ਸਾਹਿਬ ਠੀਕ ਕਹਿ ਰਹੇ ਆ ਕੀ ਕਹਿ ਰਹੇ ਕਿ ਸਵਾਰੀ ਇੱਕ ਹੱਥ ਰਵੇ ਤੇ ਸਹੀ ਰਹਿੰਦੀ ਆ ਹਾਂ ਆ ਗੱਲ ਤਾਂ ਵੈਸੇ ਤੁਹਾਡੀ ਠੀਕ ਹੈਗੀ ਆ ਅੱਛਾ ਜੀ ਬਾਜੀ ਵਾ ਮਾਸ਼ਾਅੱਲਾ ਟਰੌਜ਼ਰ ਤਾਂ ਤੁਸੀਂ ਐਦਾਂ ਪਾਇਆ ਵਾ ਜਿਵੇਂ ਕਿਤੇ ਸਕੂਲ ਦੀਆਂ ਕੰਨਾਂ ਟੱਪਦੇ ਆ ਸਕੂਲ ਦੀਆਂ ਕੰਨਾਂ ਪਾਟਾ ਕਿਦੋਂ ਨਹੀਂ ਪਾਟਾ ਨਹੀਂ ਵੀ ਤੁਸੀਂ ਮੁੰਡਿਆਂ ਖੁੰਡਿਆਂ ਵਾਲਾ ਲਿਬਾਸ ਪਾਇਆ ਵਾ ਸਿਆਣੇ ਬੰਦੇ ਆ ਕੋਈ ਡੱਬੀਦਾਰ ਤੋਤੀ ਬੰਨੋ ਓਏ ਉਹ ਵੀ ਬੰਨੀ ਦੀਆਂ ਆ ਅੱਛਾ ਹੁਣੇ ਬਸ ਆਪਣਾ ਆਪਾਂ ਚੇਂਜ ਕਰ ਲੈਣੀ ਹਰ ਸ਼ਾਈ ਅੱਛਾ ਜੀ ਆ ਹੁਣ ਤੇ ਇੱਥੇ ਮੈਂ ਬਸ ਵਾਕ ਬੂ ਕਰਕੇ ਆਇਆ ਅੱਛਾ ਮੁੰਡਾ ਹੁਣ ਚਾਹ ਘੁੱਟ ਪਿਆਉਂਦਾ ਅੱਛਾ ਤੇ ਆਪਾਂ ਇੱਥੇ ਪੰਪ ਛੱਡ ਕੇ ਹੁਣ ਨਹਾਉਣ ਲਾ ਪੈਣਾ ਐਸ ਮੌਸਮ ਚ ਲੋ ਐਸ ਮੌਸਮ ਚ ਕੀ ਹੁੰਦਾ ਬਈ ਪੰਪ ਛੱਡ ਕੇ ਨਾ ਲੈਂਦੇ ਤੂੰ ਸੁਭਾਨ ਅੱਲਾ ਪੰਪ ਛੱਡ ਕੇ ਕਿ ਬਟਨ ਸੈੱਟ ਕੇ ਤੇ ਫਿਰ ਨਹਾਉਣਾ ਖੁੱਲਾ ਜਰਾ ਵਾਜੀ ਵਾਰਾਣਾ ਸਾਹਿਬ ਕੀ ਬਾਤ ਹੈ ਤੁਹਾਡੀ ਅਸ ਮੌਸਮ ਦੇ ਵਿੱਚ ਤੁਸੀਂ ਖੁੱਲੇ ਪਾਣੀ ਨਾਲ ਹੀ ਨਾਲੇ ਠੰਡੇ ਨਾਲੀ ਉਹ ਸਿਆਣਿਆਂ ਦੀ ਗੱਲ ਨਹੀਂ ਸੁਣੀ ਕਿਹੜੀ ਸਿਆਣਿਆਂ ਦੀ ਗੱਲ ਆ ਹਾਂ ਕਿ ਠੰਡਾ ਨਾ ਹੋ ਤੇ ਤੱਤਾ ਖਾਓ ਵਾਹ ਜੀ ਵਾਹ ਗੱਲ ਹੀ ਪੁੱਠੀ ਕਰਤੀ ਤੁਸੀਂ ਉਹ ਸਿਆਣਿਆਂ ਇੰਜ ਨਹੀਂ ਕਿਹਾ ਸਿਆਣੇ ਕਹਿੰਦੇ ਹੈਗੇ ਆ ਵੀ ਤੱਤਾ ਨਾ ਹੋ ਤੇ ਠੰਡਾ ਖਾਓ ਅਸਲ ਤੇ ਵਿੱਚ ਰਾਣਿਆਂ ਨੂੰ ਸਾਨੂੰ ਉਲਟੀ ਸਮਝ ਲੱਗਦੀ ਆ ਚੱਲ ਤੱਤਾ ਨਾਓ ਤੇ ਤੁਸੀਂ ਕੋਈ ਮੈਨੂੰ ਸਰੀਲਾ ਜਿਹਾ ਗਾਣਾ ਸੁਣਾਓ ਜੀ ਖਾਂ ਜੀ ਲਓ ਜੀ ਇਜਾਜ਼ਤ ਹੈ ਖਾਸ ਸਾਹਿਬ ਇਜਾਜ਼ਤ ਕਾਦੀ ਭਈਆ ਜੇ ਹੋਰ ਤੇ ਤੁਸੀਂ ਆਏ ਰਾਣੇ ਦੇ ਕੋਲ ਆਏ ਤੇ ਇਜਾਜ਼ਤ ਫੋਰੀ ਇਹ ਕਿਹੜਾ ਕੰਮ ਹੋ ਗਿਆ ਭਈਆ ਇਜਾਜ਼ਤ ਉਹ ਤੁਸੀਂ ਤੇ ਚੁੱਪ ਕਰੋ ਇਜਾਜ਼ਤ ਨਹੀਂ ਮਿਲਣੀ ਤੁਸੀਂ ਰਾਣੇ ਦੇ ਕੋਲ ਰੋਜ਼ ਰੋਜ਼ ਆਉਣਾ ਕਿਤੇ ਹੈ ਅਜਾਇਜ਼ਤਾ ਮੰਗਣ ਲਾ ਪੈ ਪਹਿਰੇ ਜਾਂ ਨਾ ਮੈਂ ਕਿਹਾ ਉਹ ਰਾਣੇ ਉਹ ਯਾਰ ਛੱਡ ਦਿਓ ਅੱਜ ਅੱਜ ਦੀ ਨਾ ਰਾਣੇ ਦੇ ਨਾਂ ਅੱਜ ਦੀ ਸ਼ਾਮ ਰਾਣੇ ਦੁਪਹਿਰ ਅਕ ਸ਼ਾਮ ਸ਼ਾਮ ਆ ਅੱਜ ਦੀ ਸ਼ਾਮ ਰਾਣੇ ਦੇ ਨਾਂ अच्छा मेरी गल ते सुनो एक तरीकाकार हुंदा राणा साहब ਜਿਹੜਾ ਵੀ ਤਰੀਕਾ ਹੁੰਦਾ ਇੱਥੇ ਅੱਜ ਰਾਣੇ ਦੇ ਕੋਈ ਤਰੀਕਾ ਨਹੀਂ ਚੱਲਣਾ ਤੂੰ ਸੁਣਾ ਔਜਾਜ਼ਤਾਂ ਹੀ ਮੰਗੇ ਜਾਂਦਾ ਸਰਕਾਰ ਦੇ ਸਾਡੇ ਕੰਮ ਸ਼ੁਰੂ ਕਰਨ ਦਾ ਕਿੰਦਾਜ਼ ਹੈ ਤੁਹਾਡੇ ਕੰਮ ਸ਼ੁਰੂ ਕਰਨ ਦਾ ਜਾਂ ਬੰਦ ਕਰਨ ਦਾ ਤੂੰ ਮੈਨੂੰ ਸੁਣਾ ਦਫਾ ਕਰ ਔਜਾਜ਼ਤ ਨਹੀਂ ਮੰਗਦੀ ਜੀ ਫਿਰ ਸੁਣੋ ਹਾਂਜੀ ਹਾਂਜੀ ਸੁਣੋ ਕੰਨਾ ਤੋਂ ਉਪਰਾ ਕਰੋ ਥੋੜਾ ਤੁਹਾਨੂੰ ਸਮਝ ਲੱਗੇ ਇੱਕ ਮੈਨੂੰ ਸਾਰਾ ਕੋਸ਼ਿਸ਼ ਸੁਣਦਾ तो सुना बस आ ठीक है और चलो बिस्मिल्लाह करो जी शुरू करो तो बिस्मिल्लाह की गल तो तो रोटी मंगा ली तो आधे वास्ते और यार गाना शुरू करो यार तो शिव जी कह दी कुछ पा लेने चलो कोई लेना। बहुत प्यार ना करी ਨਹੀਂ ਤੇ ਰੁਲ ਜਾਵੇਗਾ ਵਾਹ ਜੀ ਵਾਹ ਇੱਥੇ ਰੁਲ ਗਏ ਨੇ ਲਖਾ ਤੂੰ ਰੁਲ ਜਾਵੇਗਾ ਬਹੁਤਾ ਪਿਆਰ ਨਾ ਕਰੀਂ ਕੀ ਬਾਤ ਹੈ ਨਹੀਂ ਤੇ ਰੁਲ ਜਾਵੇਗਾ ਇੱਥੇ ਹੱਥ ਹੱਥ ਲੁੱਟ ਲੈਂਦੇ ਦਿਲਾਂ ਦੇ ਕਰਾਰ ਆਹਾ ਉੱਤੋਂ ਸੋਨੇ ਵਿੱਚੋਂ ਕੋਜੇ ਮਤਾਂ ਕਰੇ ਇਤਬਾਰ ਵਾਹ ਵਾਹ ਸੁਧਕੇ ਜਾਵਾ ਓਏ ਹੱਥੇ ਹੱਸ ਹੱਥ ਲੁੱਟ ਲੈਂਦੇ ਦਿਲਾਂ ਦੇ ਕਰਾਰ ਉੱਤੋਂ ਸੋਨੇ ਵਿੱਚੋਂ ਕੋਜੇ ਮਤਾਂ ਕਰੇ ਇਤਬਾਰ ਵਾਹ ਐਵੇਂ ਸੱਸੀ ਦੇ ਕੜੇ ਮੰਗੂ ਰੁੜ ਜਾਵੇਂਗਾ ਓਏ ਹੋ 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 ਬਹੁਤ ਪਿਆਰੇ ਨਕਰੀ नहीं ला। सुबाने ला। बारी बारी गल कह के निभा अच्छा, अच्छा। बड़ी औे लगे राणिया लाए अच्छा कल मुंह नाली कहनी बड़ी सौखी हे ਗੱਲ ਕਹਿ ਕੇ ਨਿਭਣੀ ਬੜੀ ਔਖੀ ਹੁੰਦੀ ਏ ਤੇਰਾ ਖਸਾ ਓਏ ਐਵੇਂ ਯੂਸਫ ਵਾਂਗੂ ਵਟੀ ਮੁਰ ਧੁੱਲ ਜਾਵੇਂਗਾ ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁੱਲ ਜਾਵੇਂਗਾ ਓਏ ਬਾਬਾ ਖਸਾ ਬਾਬਾ ਓ ਬਾਬਾ ਵਰ ਗਿਆ ਓਏ ਹਾਏ ਹਾਏ ਕਿਉਂ ਜੀ ਰਹਿਣਾ ਓਏ ਬਟੂ ਕੀ ਯਾਦ ਕਰਾ ਦਿੱਤਾ ਅੱਛਾ ਜੀ ਓਏ ਯਾਦ ਕੀ ਹੋਇਆ ਓ ਤੁਹਾਡੀ ਪਰਜਾਈ ਯਾਦ ਆ ਗਈ ਆ ਓਏ ਕੋਈ ਐਸੀ ਗੱਲ ਨਹੀਂ ਕਿਤੇ ਮੈਂ ਕਿਤੇ ਐਵੇਂ ਨਮਕੀਨ ਜਿਹਾ ਹੋ ਗਿਆ ਚਲੋ ਬਰハਲ ਕੋਈ ਨਹੀਂ ਤੁਸੀਂ ਰਾਣਾ ਰਵਾਤਾ ਤੁਸੀਂ ਕਿਹੜਾ ਰੋਜ ਆਉਣਾ ਆ ਕੋਈ ਐਸੀ ਗੱਲ ਨਹੀਂ ਕਿਹੜਾ ਲੱਗਾ ਨਹੀਂ ਗਾਣਾ ਪਰਜਾਈ ਕਿੱਥੇ ਗਈ ਹੈ ਜਾਣਾ ਤੂੰ ਹੈ ਉਹ ਅੱਲਾਹ ਕੋ ਗਈ ਹੈ ਹੋਰ ਉਹਨੇ ਕਿੱਥੇ ਜਾਣਾ ਓਏ ਆਹੋ ਹੁਣ ਬਦਲ ਅੱਲਾਹ ਨੂੰ ਪਿਆਰੇ ਹੋ ਗਏ ਨੇ ਨਾ ਤੁਹਾਡੀ ਆਵਾਜ਼ ਦੇ ਵਿੱਚ ਬੜਾ ਤਰਦਵਾ ਬਹੁਤ ਦਰਦ ਹੈ ਬੜੀ ਮਿਹਰਬਾਨੀ ਚ ਬੜੀ ਮਿਹਰਬਾਨੀ ਤੁਹਾਡੇ ਗਲੇ ਚ ਰਸੌਲੀ ਤੇ ਨਹੀਂ ਨਹੀਂ ਉਹ ਵੀ ਸਕਦੀ ਆ ਤੁਸੀਂ ਕਿਹੜਾ ਰਾਣਿਆ ਕੋ ਰੋਜ ਆਉਣਾ ਹਾਂ ਤੁਸੀਂ ਰੋਜ਼ਾਨਾ ਲ ਛੱਡੋ ਕਿ ਫੇਰ ਹੈ ਨਾ ਪਾਜੀ ਇਹ ਸੌਲੀ ਨਹੀਂ ਇੱਕ ਗਲੇ ਦੀ ਆਵਾਜ਼ ਇੱਕ ਗੱਲੇ ਦੀ ਤਾਂ ਹੈ ਗੱਲੇ ਦੀ ਤਾਂ ਲੈ ਕੇ ਤੇਰੀ ਆਵਾਜ਼ ਦੇ ਵਿੱਚ ਦਰਦ ਆ ਤੇ ਗਲੇ ਦੇ ਵਿੱਚ ਕੋਈ ਨਾ ਕੋਈ ਨਾ ਕੋਈ ਤਾਂ ਛੋੜਾ ਛੋੜਾ ਵੀ ਹੋ ਸਕਦਾ ਉਹ ਨਹੀਂ ਛੋੜਾ ਨਹੀਂ ਵੈਸੇ ਹੀ ਆਵਾਜ਼ 'ਚ ਦਰਦ ਹੈਗਾ ਨਾ ਫੋਕ ਗੰਦਾ ਹੈ ਦਰਦ ਤੇਰੀ ਆਵਾਜ਼ 'ਚ ਹੀ ਹੈਗਾ ਤੇ ਕਿਉਂਕਿ ਛੋੜਾ ਹੀ ਨਹੀਂ ਹੈਗਾ ਇਹ ਗੱਲ ਹੈ ਤੁਹਾਡੀ ਬਿਲਕੁਲ ਸਹੀ ਕਰ ਰਹੇ ਹੋ ਭਾਈ ਦਰਦ ਉਹਨਾਂ ਨੂੰ ਜਿਨ੍ਹਾਂ ਦੇ ਛੋੜੇ ਹਾਂ ਆ 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 ਬਲਦਾ ਤੁਹਾਨੂੰ ਮਨਾ ਕਰਦਾ ਕਿ ਹਟ ਜਾ ਇਹ ਬਹੁਤ ਗੱਲ ਫੜੀ ਰੋਜ਼ ਆਣਾ ਹਾਂਜੀ ਹਾਂਜੀ ਰੋਜ਼ ਆਣਾ ਬਿਸਮਿਲਲਾ ਜੀ ਮਲਾਜ਼ਾ ਫਰਮਾਓ ਰਾਣਾ ਸਾਹਿਬ ਮਲਾਜ਼ਾ ਇੱਥੇ ਨਹੀਂ ਬਾਈ ਹੈ ਮਲਾਜ਼ਾ ਮਲੂਜ਼ੇ ਹੁੰਦੇ ਕਿਤੇ ਬਾਹਰ ਲੇ ਇਹ ਤੁਸੀਂ ਰਾੜੇ ਕੋ ਆਏ ਆ ਇੱਥੇ ਮੈਂ ਮਲਾਜ਼ਾ ਨਹੀਂ ਹੋਣ ਦੇਣਾ ਕਿਉਂਕਿ ਤੁਸੀਂ ਕਿਹੜਾ ਰੋਜ਼ ਆਉਣਾ ਠੀਕ ਹੋ ਗਿਆ ਠੀਕ ਲਓ ਜੀ ਬਿਸਮਿਲਲਾ ਸ਼ੁਰੂ ਕਰੋ मेरी जिंदगी बिगड़िया धागा वाह 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 एक तन दा तुन दा, कोई नहीं हौसला करो राणा साहब इन दे टोटे करके छुट दें दे हाँ, हाँ। आते किन दा कोई नहीं वाह ओ मियां हर कोई चुन दाए कलियां को ਹਾਏ 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 ਵਾਹ ਡੱਟੇ ਫੁੱਲ ਕੋ ਚੁਣਦਾ ਕੋਈ ਨਹੀਂ ਵਾਹ ਕੀ ਬਾਤ ਹੋ ਨਾ ਬਾਕੀ ਸਾਰੀ ਸ਼ਾਨਕਾਰ ਰੋਮਨ ਕੋ ਤੇਰੀ ਧਾੜ ਕੋ ਸੁਣਦਾ ਕੋਈ ਨਹੀਂ ਹੌਸਲਾ ਕਰੋ ਰਾਣਾ ਸਾਹਿਬ ਨਹੀਂ ਤੁਸੀਂ ਰਵਾਓ ਰਾਣੇ ਨੂੰ ਤੁਸੀਂ ਕਿਹੜਾ ਰੋ ਜਾਣਾ ਰਵਾਓ 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 ਰਾਣੇ ਨੂੰ ਨਹੀਂ ਕੋਈ ਆ ਜੀ ਵਾਹ ਜੀ ਵਾਹ ਓਏ ਹੋਏ ਬੰਸਾ ਮਜ਼ਾ ਆ ਗਿਆ ਸਾਡੇ ਪੁੱਠਾ ਨਹੀਂ ਨਹੀਂ ਕੋਈ ਨਹੀਂ ਬੜਾ ਦਰਦਮਾ ਪੋਤਾ ਤੇਰੀ ਆਵਾਜ਼ ਦੇ ਵਿੱਚ ਤੂੰ ਇੱਥੋਂ ਬਾਅਦ ਨਾ ਸੱਡਾ ਉੱਤੇ ਜਾਣਾ ਤੂੰ ਹਾਂ ਸਹੀ ਗੱਲ ਇਹਨਾਂ ਤੂੰ ਅੱਜ ਰਾਣੇ ਨੂੰ ਰੁਵਾਤਾ ਅੱਲਾ ਕੇ ਰਾਣਾ ਕਦੀ ਬਚਪਨ ਚ ਨਹੀਂ ਰੋਇਆ ਨਾਲੇ ਤੁਸੀਂ ਰਵਾ ਸਕਦੇ ਆ ਤੁਸੀਂ ਕਿਹੜਾ ਰੋਜ਼ ਆਉਣਾ ਹਾਂ ਸਹੀ ਗੱਲ ਰੁਵਾਓ ਭਾਈ ਲਓ ਜੀ ਹਾਂਜੀ ਸ਼ੇਰ ਲੈਣਾ ਦੇਣਾ ਕੀ ਐ ਇੱਥੇ ਭਰਾ ਬਲਦੀ ਨਾ ਬੈਠੇ ਆ ਅਸੀਂ ਤੁਹਾਡੇ ਕੋ ਕੀ ਲੈਣਾ ਤੁਸੀਂ ਕਿਹੜਾ ਰੋਜ਼ ਆਉਣਾ ਹਾਂ ਸਹੀ ਗੱਲ ਥੜੇ ਅੱਛ ਕੀ ਲੈਣਾ ਤੇਰਾ ਕੋਣ ਬਿਲਕੁਲ ਸਹੀ ਗੱਲ ਮੈਂ ਨੀਮੀ

तेरिया खरा तेर तेरिया खरा तेरिया खरा तेरिया तो खरा काले बाल मुसाफिर होगे वाह 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 चिट्टियां फेरा पाया छठ ਮੁਹੰਮਦ ਬਖਸ਼ਾ ਹੁਣ ते ओ मौत सुनेरा ਜਾਓ ਫਿਰ ਉੱਠ ਕੇ ਕਿਤੇ ਲੇਟ ਨਾ ਹੋ ਜਿਓ ਆ ਕਹਿ ਨਹੀਂ ਡਿਆ ਮੌਤ ਨੇੜਾ ਆਇਆ ਸ਼ੁਕਰ ਕਰ ਰਾਣੇ ਆ ਲਾਇਆ ਤੈਨੂੰ ਮੌਤ ਆ ਗਈ ਉਹ ਤੁਸੀਂ ਕਿਹੜਾ ਰੋ ਜਾਉਣਾ ਓਏ ਗੱਲ ਤੁਹਾਡੀ ਠੀਕ ਹੀ ਰਹਿਣਾ ਸਾਬ ਇਹ ਮੀਆਂ ਸਾਹਿਬ ਦਾ ਕਲਾਮ ਸੁਣਾ ਰਹੇ ਨੇ ਸਾਬ ਫਿਰ ਵੇਖੋ ਜੀ ਮੈਂ ਡੇ ਲੋ ਸੱਚ ਉਹਨਾਂ ਨੇ ਕਿਹਾ ਨਾ ਉਹ ਜਦੋਂ ਆਈ ਹੁਣ ਭੁੱਲਦੇ ਦੀ ਫੇ ਮੂੰਹੋਂ ਗੱਲਾਂ ਨਿਕਲਦੀਆਂ ਸੱਚੀ ਆ ਸਹੀ ਗੱਲ ਹੈ ਜੀ ਅੱਛਾ ਜੀ ਹੁਣ ਗੱਲ ਦੱਸਾਂ ਕੀ ਹੈ ਗੱਲ ਕੀ ਹੈ ਅਸੀਂ ਇੱਕ ਮਕਸਦ ਦੇ ਖਾਤਰ ਆਏ ਸੀ ਤੁਹਾਡੇ ਕੋਲ ਨਾ ਮਕਸਦ ਮੁਕਸਦ ਆ ਛੱਡ ਦਿਓ ਕਿ ਤੁਸੀਂ ਰਾਣੇ ਆ ਲਾਏ ਆ ਤੁਸੀਂ ਕਿਹੜਾ ਰੋਜ਼ ਆਉਣਾ ਆਏ ਐ ਐਸੀ ਰੋਜ਼ ਤੇ ਨਹੀਂ ਆਂਦੇ ਲੇਕਿਨ ਅੱਜ ਜਿਸ ਮਕਸਦ ਨੂੰ ਆਏ ਆ ਸਾਡੀ ਉਹ ਗੱਲ ਤਾਂ ਸੁਣ ਲਓ ਰਾਣਾ ਸਾਹਿਬ ਚਲੋ ਸੁਣਾਓ ਵੀ ਤੁਸੀਂ ਕਿਹੜਾ ਰੋਜ਼ ਆਉਣਾ ਸੁਣਾਓ ਸੁਣਾਓ ਗੱਲ ਇਹ ਹੈਗੀ ਆ ਵੀ ਉਹ ਤੁਹਾਡਾ ਬੇਟਾ ਨਹੀਂ ਹੈਗਾ ਜਿਹੜਾ ਕਿਹੜਾ ਆਜਾਜ਼ ਉਹ ਲੰਮਾ ਜਿਆ ਰਾਜਾ ਵੱਡਾ ਮੁੰਡਾ ਮੇਰਾ ਉਹ ਵੱਡਾ ਤੁਹਾਡਾ ਮੁੰਡਾ ਲੇਕਿਨ ਬਹੁਤ ਬੇਹਦਤ ਔਰ ਦੇਖ ਲਓ ਤੁਸੀਂ ਹੁਣ ਰਾਣੇ ਦੇ ਮੂਹ ਤੇ ਉਹਦੇ ਪੁੱਤਰ ਨੂੰ ਕਹਿਣ ਦਾ ਬੇਹਦਤਾ ਬੇਹਦਤਾ ਹੀ ਹੈ ਨਾ ਇੱਕ ਵਾਰੀ ਹੋਰ ਕਹਲਾ ਤੁਸੀਂ ਕਿਹੜਾ ਰੋਜ ਆਉਣਾ ਓਏ ਲੋਕ ਸੁਣਦੇ ਨਾ ਬੋਲਣਾ ਵੀ ਉਹ ਵੇਖੋ ਸਾਡੇ ਨਾਲ ਕੀ ਕਰਦਾ ਕੁਛ ਕੀਤਾ ਉਹ ਨਹੀਂ ਹੋਤਾ ਨੈ ਸ਼ੈ ਸਾਹਿਬ ਓਏ ਹੋਏ ਮੈਂ ਤੁਹਾਨੂੰ ਕੀ ਦੱਸਾਂ ਉਹਦੀਆਂ ਬੜੀਆਂ ਸ਼ਿਕਾਇਤਾਂ ਨੇ ਜਿਹੜੀਆਂ ਅਸੀਂ ਤੁਹਾਡੇ ਕੋਲ ਲੈ ਕੇ ਆਏ ਆ ਰਾਣਾ ਸਾਹਿਬ ਉਹਨੂੰ ਇੱਕ ਵਾਰੀ ਬੁਲਾ ਕੇ ਸੱਦੋ ਉਹਨੂੰ ਜਰਾ ਥੋੜਾ ਜਿਹਾ ਡਾਂਟੋ ਤੁਸੀਂ ਜੇ ਕਹਿਨੇ ਆ ਤੇ ਉਹਨੂੰ ਬੁਲਾ ਵੀ ਲੈਨੇ ਆ ਤੁਸੀਂ ਕਿਹੜਾ ਰੋਜ ਆਉਣਾ ਆ ਬਲਾਲੇ ਲੇ ਜਾਜ ਦੋ ਕੀ ਕਿਹਾ ਕੀ ਉਹਨੇ ਤੁਹਾਨੂੰ ਉਹ ਕਿਹਾ ਨੇ ਕੀ ਆ ਆ ਮਰਨਾ ਐਸਾ ਨੈਸ਼ ਹੈਗਾ ਜਦੋਂ ਕਿਤੇ ਫੰਕਸ਼ਨ ਦੀ ਤਿਆਰੀ ਤੇ ਜਾਂਦੇ ਆ ਕੋਈ ਨਾ ਕੋਈ ਭੈੜੀ ਗੱਲ ਕਰ ਦਿੰਦਾ ਉਹ ਕੁੱਤੇ ਆ ਕਿਸੇ ਸਾਹ ਦੇ ਆ ਬਾਬੇ ਤੂੰ ਬੋਲਦਾ ਕਿੱਦਾਂ ਤੈਨੂੰ ਕੀ ਗੱਲ ਆ ਕੋਈ ਸ਼ੈ ਤੰਗ ਕਰਦੀ ਆ ਹੌਸਲੇ ਨਾਲ ਬੋਲ ਤੂੰ ਰਾਣੇ ਵਾਲ ਬੈਠਾ ਤੁਸੀਂ ਕਿਹੜਾ ਰੋਜ ਆਉਣਾ ਓਏ ਆਹੋ ਰੋਜ ਤਾਂ ਨਹੀਂ ਆਉਣਾ ਲੇਕਿਨ ਉਹਨੂੰ ਸਮਝਾਓ ਰਾਣਾ ਸਾਹਿਬ ਉਹ ਅਸੀਂ ਤਾਂ ਤੁਹਾਡੇ ਮੂੰਹ ਨੂੰ ਉਹਨੂੰ ਕਹਿੰਦੇ ਕੁਛ ਨਹੀਂ ਆ ਮੇਰਾ ਮੇਰਾ ਮੂੰਹ ਲੱਗ ਗਿਆ ਉਹਦੇ ਮੂੰਹ ਤੇ ਕਿਤੇ ਜਾਂ ਮੇਰੀ ਗੱਲ ਚ ਤਸਵੀਰ ਪਾਈ ਫਿਰਦਾ ਉਹ ਆ ਮੈਂ ਕਹਿ ਰਹਿਣਾ ਸਾਬ ਉਹਨੂੰ ਹਟਾਓ ਆ ਦੇਖੋ ਤਾਂ ਸਹੀ ਆ ਸਾਡੇ ਕੋਲੋਂ ਅਸੀਂ ਫੰਕਸ਼ਨ ਤੇ ਜਾਣਦੇ ਆ ਸਾਨੂੰ ਕਹਿੰਦਾ 5000 ਰੁਪਏ ਉਧਾਰਾ ਦੇ ਦਿਓ ਇਹ ਜਾਜ ਨੇ ਕਿਹਾ ਤੁਹਾਨੂੰ ਹਾਂ ਕਿਹਾ ਸਾਨੂੰ ਪੁੱਛ ਲਓ ਭਾਵਾ ਨੂੰ ਬੁਲਾ ਕੇ ਤੇ ਤੁਹਾਨੂੰ ਕਿਹੜਾ ਮੌਤ ਪੈਣ ਲੱਗੀ ਆ ਜੇ ਇਹਨੇ 5000 ਮੰਗ ਲਿਆ ਤੁਹਾਡੇ ਅੱਜਕੱਲ ਕੰਮ ਕਿੱਡੇ ਸਿੱਧੇ ਹੋਏ ਆ ਹੈ ਆ ਕਿਹੜੀ ਗੱਲ ਕਰ ਰਹੇ ਤੁਸੀਂ ਰਾਣਾ ਸਾਹਿਬ ਜੇ ਰਾਣੇ ਨੇ ਤੁਹਾਡੇ ਕੋਲ 5000 ਮੰਗ ਲਿਆ ਤੇ ਦੇ ਦੇਣਾ ਸੀ ਰਾਣੇ ਨੇ ਤੁਹਾਡੇ ਕੋਲ ਕਿਹੜਾ ਰੋਜ ਆਉਣਾ ਹੈ ਉਹ ਦੇਖੋ ਮੇਰੀ ਗੱਲ ਸੁਣਾ ਕੋਈ ਪੈਂਦੀ ਉਹ ਕੋ ਬਣਦੀ ਜੁੜਦੀ ਗੱਲ ਕਰੋ ਉਹ ਸਾਡੇ ਅਰਗਾ ਕੋ ਮਸਕੀਨ ਆਵੇ ਤੁਹਾਡੇ ਦਰ ਤੇ ਤੁਹਾਨੂੰ ਕਵੇ ਵੀ ਰਾਣਾ ਸਾਹਿਬ ਕੋ ਇਥੋਂ ਦਾਣੀਆਂ ਦੀ ਬੋਰੀ ਦੇ ਦਿਓ ਜਾਂ ਕੋ 5-4000 ਰੁਪਇਆ ਉਧਾਰਾ ਦੇ ਦਿਓ ਉਹ ਰਾਣੇ ਹੋ ਕੇ ਸਾਡੇ ਕੋ ਮੰਗਦੇ ਆ ਤੁਸੀਂ ਉਹ ਯਾਰ ਤੁਸੀਂ ਮੰਗ ਕੇ ਵੇਖ ਲਓ ਇਹ ਕਿਹੜੀਆਂ ਗੱਲਾਂ ਕਰਨ ਦਾ ਆ ਉਹ ਤੁਸੀਂ ਕਿਹੜਾ ਰੋਜ ਆਉਣਾ ਸਰਕਾਰ ਅਸੀਂ ਮੰਗਦੇ ਨਹੀਂ ਅਸੀਂ ਕਹਿੰਦੇ ਵੀ ਉਹਨੂੰ ਹਟਾਓ ਹਟਾਓ ਇਹ ਬੁਰੀ ਆਦਤ ਆ ਹਾਂਜੀ ਆਪਦੇ ਬੁਲਡੇ ਨੂੰ ਹਟਾਓ ਇਸ ਕਬ ਤੋਂ ਦੇਖੋ ਨਾ ਉਹ ਕੈਸੀਆਂ ਭੈੜੀਆਂ ਗੱਲਾਂ ਕਰਦਾ ਵੇਖ ਇੱਕ ਦਿਨ ਉਹਨੇ ਸਾਡਾ ਕੈਸਾ ਚੇਜ਼ ਆ ਲਿਆ ਉਸ ਨੈਸ਼ ਇਹ ਚੇਜ਼ਾ ਕਦ ਨਾਲ ਖਾਈਦਾ ਕਾਕਾ ਉਹ ਚੇਦੇ ਦਾ ਮਤਲਬ ਹੀ ਸਾਨੂੰ ਛੇੜਛੇਪਾ ਕਰਦਾ ਸਾਡਾ ਮਜ਼ਾਕ ਉਡਾਉਂਦਾ ਉਹ ਛੇੜਨ ਨੂੰ ਚੱਕਾ ਕਿਉਂ ਆ ਪਿੰਡ ਦਾ ਜਿਹੜਾ ਡਾਕਟਰ ਹੈ ਉਹ ਡੰਗਰ ਡਾਕਟਰ ਨੂੰ ਸਾਡੇ ਘਰ ਭੇਜ ਦਿੱਤਾ ਉਹਨੇ ਕਹਿੰਦਾ ਤੁਹਾਨੂੰ ਖੁਰਕ ਪਈ ਹੋਈ ਹੈ ਤੁਹਾਨੂੰ ਅੱਜ ਸੋ ਵੀ ਸਾਨੂੰ ਖੁਰਕ ਪਈ ਹੈ ਸ਼ਾਇਦ ਕਿਤੇ ਤੁਹਾਨੂੰ ਪਈ ਹੋਵੇ ਖੋਰਾ ਕੇ ਲਾਲੇ ਤੁਸੀਂ ਵੀ ਕਿਉਂ ਭੈੜੇ ਘਬਰਾਉਂਦੇ ਹੋ ਖੁਰਕ ਨੇ ਕਿਹੜਾ ਰੋਜ ਆਉਣਾ ਕਿਹੜੀ ਗੱਲ ਕਰ ਰਹੇ ਉਹ ਗੱਲ ਲਈਦੀ ਹੁੰਦੀ ਆ ਉਹ ਮੇਰੀ ਗੱਲ ਸੁਣੋ ਅਸੀਂ ਰੋਜ਼ ਓਏ ਅਸੀਂ ਨਾਜ਼ਕ ਮਲੂਕ ਲੋਗ ਆ ਨੌਰਾਣਾ ਸਾਹਿਬ ਨਾਜ਼ਕ ਮਲੂਕ ਅਸੀਂ ਤਾਂ ਰੋਜ਼ ਨਾਉਣੇ ਆ ਇਸ ਤੇ ਖੁਸ਼ਬੂਆਂ ਵਿੱਚ ਰਹੀਦਾ ਅਈ ਤੇ ਬਿਲਕੁਲ ਇੰਨੇ ਨਾਜ਼ੁਕ ਜੇ ਲੋਕ ਆ ਤੁਸੀਂ ਰੋਜ ਨਾ ਹੁੰਨੇ ਆ ਹਾਂਜੀ ਅੱਜ ਫੇ ਰਾਣੇ ਦਾ ਜਦੋਂ ਪੰਪ ਛੱਡ ਕੇ ਨਾਣਾ ਤੁਸੀਂ ਵੀ ਨਾਲ ਹੀ ਨਾਉਣਾ ਉਹ ਤੁਸੀਂ ਕਿਹੜਾ ਰੋਜ ਆਉਣਾ ਕੈਸੀ ਗੱਲ ਕਰ ਰਹੇ ਹੋ ਤੁਸੀਂ ਭਾਈ ਉਹ ਨਾਲੇ ਕਿਤੇ ਆਪਣੀ ਬਰਾਦਰੀ ਨੂੰ ਦੱਸੋਗੇ ਕਿ ਅਸੀਂ ਰਾਣੇ ਦੇ ਨਾਲ ਉਹ ਬਾਤ ਕਰੋ ਉਹ ਦੱਸੋ ਇਹ ਕੋਈ ਗੱਲ ਦੱਸਣ ਵਾਲੀ ਹੈ ਭਲਾ ਉਹ ਭਾਈ ਨਾ ਹਾਉਣਾ ਜਿਹੜਾ ਹੁੰਦਾ ਆਪਣਾ ਆਪਣਾ ਹੀ ਹੁੰਦਾ ਤੁਸੀਂ ਆਪਣੇ ਘਰ ਨਾ ਹੋਏ ਸੀ ਆਪਣੇ ਘਰ ਨਾ ਹੁੰਨੇ ਆ ਉਹਨੂੰ ਸਮਝਾਓ ਜ਼ਰਾ ਉਹ ਵੇਖੋ ਨਾ ਰਾਤੀਓ ਨੇ ਕੀ ਕੀਤਾ ਅਸੀਂ ਬੜੇ ਸੋਹਣੇ ਤਿਆਰ ਹੋ ਕੇ ਪੂਰੀਆਂ ਇੰਜ ਬਾਸਕਟਾਂ ਪਾ ਕੇ ਟੋਪੀਆਂ ਪਾ ਕੇ ਗੱਡੀ 'ਚ ਤਿਆਰ ਹੋ ਕੇ ਗਏ ਆ ਅੱਗੋਂ ਉੱਥੇ ਸਾਨੂੰ ਖੰਭੇ ਕੋਲ ਹੀ ਟੱਕਰ ਗਿਆ ਫੇਰ ਸਾਨੂੰ ਕਹਿੰਦਾ ਅੱਜ ਨਹੀਂ ਤੁਹਾਡਾ ਫੰਕਸ਼ਨ ਲੱਗਣਾ ਹੈ ਆ ਵੇਖੋ ਕੈਸੀ ਬਦਵਾ ਦਿੱਤੀ ਆ ਰਾਤੀ ਅਸੀਂ ਇੱਥੋਂ ਨਿਕਲੇ ਆ ਹਲੇ ਆ ਵੱਡੇ ਪੁਲ ਤੇ ਨਹੀਂ ਪਹੁੰਚੇ ਔਰ ਚਲੋ ਕੋਈ ਗੱਲ ਨਹੀਂ ਜੇ ਉਹਨੇ ਤੁਹਾਨੂੰ ਕਹਿਤਾ ਅੱਜ ਤੁਹਾਡਾ ਫੰਕਸ਼ਨ ਨਹੀਂ ਲੱਗਣਾ ਹੈ ਤੇ ਨਹੀਂ ਲੱਗਾ ਉਹਨੇ ਕਿਹੜਾ ਤਾਹਨ ਰੋਜ ਆ ਕੇ ਕਹਿਣਾ ਕਿ ਖਾਲਸਾ ਸਾਹਿਬ ਤੁਹਾਡਾ ਫਕਸ਼ਣ ਨਹੀਂ ਲਗਣਾ ਲਾਓ ਕਰ ਲੋ ਲਾ ਲਓ ਇਥੇ ਸ਼ਿਕਾਇਤਾਂ ਤੁਸੀਂ ਖਾਜੀ ਇਹ ਕਿੱਧਰ ਫਸ ਗਏ ਹਾਏ ਹਾਏ ਇਹ ਕੂੜ ਇਬਨੇ ਕੂੜ ਆ ਹਾਏ ਹਾਏ ਤੁਹਾਡਾ ਸਾਬ ਲਾ ਲਿਆ ਪਰ ਕੂੜ ਇਬਨੇ ਕੂੜ ਕੀ ਹੁੰਦਾ ਪਤੂੜੇ ਦੇ ਦੱਬਾ ਕੂੜ ਇਬਨੇ ਕੂੜ ਦਾ ਮਤਲਬ ਹੁੰਦਾ ਕੂੜੇ ਗੋਲ ਖਲੋਤੇ ਲੋ ਕਾ ਲੋ ਅੱਜ ਤੁਸੀਂ ਰਾੜੇ ਆ ਲਾਇਆ ਤੁਸੀਂ ਕਿਹੜਾ ਰੋਜ ਆਉਣਾ ਕਹਿ ਲੋ ਕਾ ਲਓ ਵੇ ਕਾ ਲਓ ਓਏ ਅਸੀਂ ਰੋਜ਼ ਆ ਜਿਆ ਕਰਾਂਗੇ ਦੇ ਦੇ ਕਿਸੇ ਤਰੀਕੇ ਨਾਲ ਆਪਣੇ ਉਸ ਛੋਟੇ ਰਾਣੇ ਨੂੰ ਤਾਂ ਸਮਝਾਓ ਰਾਣੇ ਨੂੰ ਰਾਣੇ ਜਾਇ ਨੂੰ ਜਾਇ ਨੂੰ ਬੁਲਾਓ ਉਹ ਮੈਂ ਕਿਹਾ ਸ਼ਰਾਜ ਹਾਂ ਓ ਪੁੱਤ ਜਰਾ ਬੁਲਾ ਰਾਣੇ ਜਾਇ ਨੂੰ ਜਰਾ ਬੁਲਾ ਜਾਇ ਨੂੰ ਬੁਲਾ ਜਰਾ ਅੱਜ ਲੱਗ ਜਾਂਦਾ ਪਤਾ ਹੈ ਸਾਡੇ ਸਾਹਮਣੇ ਉਹਦੀ ਬਰੋਬੀ ਕਰਨੀ ਹੈ ਤੁਸੀਂ ਆ ਮੈਂ ਉਹਦੀ ਅੱਗੇ ਵੀ ਬੜੇ ਸਿਫਤ ਕਰਦਾ ਅੱਜ ਤੁਹਾਡੇ ਸਾਹਮਣੇ ਉਹਦੀ ਸਿਫਤ ਕਰਨੀ ਆ ਕਿਉਂਕਿ ਤੁਸੀਂ ਕਿਹੜਾ ਰੋਜ਼ ਆਉਣਾ ਮੇਰੀ ਸੁਣੋ ਗੱਲ ਵਾਕਿ ਠੀਕ ਅਸੀਂ ਨਹੀਂ ਰੋਜ਼ ਆਉਂਦੇ ਅਸੀਂ ਉੱਥੇ ਕਿਹਾ ਸੀ ਬੇਸੀ ਤਰਪੀਓਗੋਲ ਚੱਲੇ ਆ ਉਹਨੇ ਸਹੀ ਗੱਲ ਕੀਤੀ ਕਿ ਇਨਸਾਫ ਕਰਦਾ ਵਾ ਹਾਂ ਚਲੋ ਅੱਜ ਇਨਸਾਫ ਹੋ ਜਾਏ ਸਾਡੀ ਜਾਣ ਲਈ 100 ਬਿਸਮਿਲ੍ਲਾ ਤੁਸੀਂ ਕਿਹੜਾ ਰਾੜੇ ਕੋ ਇਨਸਾਫ ਰੋਜ ਲੈਣ ਆਉਣਾ ਸਹੀ ਗੱਲ ਹੈ ਮੇਰਾ ਵੀ ਇਜਾਜ਼ ਹਲੋ ਆ ਗਿਆ ਓਏ ਆਹੋ ਆ ਦੇਖੋ ਕਿਹਦਾ ਭੈਣਾ ਹੈ ਇਹ ਇਹ ਬਹੁਤ ਅੱਛੇ ਲੋਗ ਨੇ ਦੋਨੋਂ ਆਹਾਂ ਉਹ ਤੁਹਾਡਾ ਫੋਟੋ ਅੱਬਾ ਜੀ ਤੇ ਆਪਣੇ ਦਾਦੇ ਨੇ ਨਾ ਹਾਂਜੀ ਪਿੰਡ ਦੇ ਆ ਮੀਰ ਆਲਮ ਹਾਂਜੀ ਬਈ ਬੜਾ ਐ ਇਹਦਾ ਗਲਾ ਅਬਾ ਜੀ ਇੰਨਾ ਸਰੀਲਾ ਗਲਾ ਇਹਦਾ ਛੜਾ ਪੁੱਤ ਵੇਖ ਲਿਆ ਬੜਾ ਜ਼ਰੀਲਾ ਜ਼ਰੀਲਾ ਹਾਏ ਹਾਏ ਐਡੇ ਐਡੇ ਬੰਦੋਂ ਦਵਾ ਛੱਡੇ ਅੱਜ ਜਾਜ ਤੁਸੀਂ ਮੇਰੇ ਅੱਬੇ ਨੂੰ ਰੋਆਇਆ ਉਹ ਨਹੀਂ ਅਸੀਂ ਤਾਂ ਇੱਕ ਕਲਾਮ ਸੁਣਾਇਆ ਮੇਰੀ ਜ਼ਰਤ ਕਿੱਧਰ ਹੋਈ ਮੇਰੇ ਅੱਬੇ ਨਾਲ ਉਹ ਤੁਸੀਂ ਉਹਦੇ ਪਿਓ ਨੂੰ ਰੋਆਇਆ ਉਹ ਤੁਹਾਨੂੰ ਇਹ ਵੀ ਨਾ ਪੁੱਛੇ ਤੁਸੀਂ ਕਿਹੜਾ ਮੈਨੂੰ ਰੋਈ ਰੋਵਾਉਂਦੇ ਛੋਲੇ ਮੈਂ ਤੇਰੇ ਉੱਤੇ ਪਾ ਦੇਣਾ ਸਾਰੇ ਇਹ ਸਾਰੇ ਦੇਖ ਲੈ ਪੂਰਾ ਕਰ ਰਿਹਾ ਇਹਨੂੰ ਹਟਾ ਕੇ ਤੇਰੀ ਤੇ ਤੇਰੀ ਜ਼ਰਤ ਕਿੱਧਰ ਹੋਈ ਮੇਰੇ ਪਿਓ ਨੂੰ ਰੋਣ ਦੇ ਸੁਣਾ ਰਹਿਣਾ ਸਾਹਿਬ ਅਸੀਂ ਤੁਹਾਡੇ ਪਿਓ ਨੂੰ ਤੁਹਾਡੀਆਂ ਸ਼ਿਕਾਇਤਾਂ ਕਰਨ ਆਏ ਹਾਂ ਤੁਸੀਂ ਉਹਨਾਂ ਦੇ ਸਾਹਮਣੇ ਹੁਣ ਬੇਇੱਜ਼ਤੀ ਕਰੋਗੇ ਨਹੀਂ ਰੋਣ ਵਾਲੀ ਕਿਹੜੀ ਗੱਲ ਹੋਈ ਅੱਬਾ ਜੀ ਕੀ ਹੋਇਆ ਕੀ ਅਰੇ ਅਰੇ ਤੇਰੀ ਅੰਮੀ ਯਾਦ ਕਰਾ ਦਿੱਤੇ ਅੱਜ ਮੈਂ ਤੇਰੀ ਇੰਨੀ ਜੁਰਤ ਉਹ ਗੱਲ ਤਾਂ ਸੁਣ ਲੈ ਤੁਸੀਂ ਭਾਈ ਪਹਿਲੇ ਕਿਹੜੀ ਗੱਲ ਕਰ ਅੱਜ ਤੇਰੀ ਮਾਂ ਮੈਨੂੰ ਇੰਜ ਯਾਦ ਆਈ ਹੈ ਹਾਂਜੀ ਹਾਂਜੀ ਔਰ ਦਾ ਹੱਕ ਹੁੰਦਾ ਹੈ ਬੱਚੋ ਤੇਰੇ ਫਿਰ ਕਵਿਤਾ ਕਲਾਮ ਸੁਣਾਇਆ ਉਹਨਾਂ ਨੂੰ ਅਸੀਂ ਪਹਿਲੇ ਮਾਫੀ ਨਾਲ ਹਾਂ ਇਹ ਤੁਸੀਂ ਇਹ ਦੇ ਬੂਜੇ ਤੇ ਤੁਹਾਡਾ ਬੂਜੇ ਕੀ ਮਤ ਹੈ ਓਏ ਅੱਜ ਜਾ ਆਜਾ ਤੁਹਾਡੇ ਤੇ ਛੱਡੀ ਅੱਜ ਤੁਸੀਂ ਮੈਨੂੰ ਪਹਾੜ ਦਾ ਪੁੱਤ ਬਣਾ ਦਿਓ ਓ ਬਣਾ ਲਾ ਤੁਸੀਂ ਕਿਹੜਾ ਰੋਜ ਆਉਣਾ ਓਏ ਇਹ ਰੋਜ ਆਉਣਾ ਮਰੇ ਤੂੰ ਕੈਸੀ ਗੱਲ ਕਰੀਏ ਐਵੇਂ ਸਾਨੂੰ ਘਟਵਾਉਣ ਲੱਗਾ ਸਭਾ ਬਾਪਾ ਬੋਲੋ ਇਹ ਤੇਨੂੰ ਰਾਣਾ ਕੁੱਟਣ ਵਾਲਾ ਲੱਗਦਾ ਇਹ ਕੁੱਟਣ ਵਾਲੇ ਰਾਣੇ ਆ ਕੁੱਤਿਆ ਕਸਾ ਥਾ ਦਿਆ ਲਾ ਰਾਣੇ ਦੇਖ ਲਓ ਜੀ ਤੁਸੀਂ ਮਾਰੇ ਪੁੱਤ ਦੀਓ ਵੇਖੋ ਆਉਂਦੇ ਆ ਨੇ ਕਿਆ ਬਾਜੀ ਆ ਸਾਡੇ ਪਿੰਡ ਦੇ ਮੀਰ ਆ ਲਾ ਹਾਂਜੀ ਹਾਂਜੀ ਓ ਦੇ ਤੁਹਾਨੂੰ ਕੈਸਾ ਸਭਾਲ ਚ ਗੱਲ ਕੀਤੀ ਬਹੁਤ ਅچھے ਸਿਰਫ ਤੁਹਾਡੇ ਸਾਹਮਣੇ ਇੰਜ ਕਰ ਰਿਹਾ ਹੈ ਓਏ ਜਦੋਂ ਤੁਸੀਂ ਕੋਲ ਨਹੀਂ ਹੁੰਦੇ ਬੜਾ ਨੈਸ ਬੱਚਾ ਹੈ ਇਹਦੇ ਮੂੰਹ ਚੋਂ ਜਿਹੜੀ ਗੱਲ ਨਿਕਲਦੀ ਹੈ ਸੱਚ ਹੋ ਜਾਂਦੀ ਹੈ ਜਾਓ ਅੱਜ ਰਾਣੇ ਦੇ ਸਾਹਮਣੇ ਆਜ ਤੇ ਕਰ ਕਿਸੇ ਦੇ ਜ਼ੋਰ ਤੇ ਨਹੀਂ ਪਈ ਕਿ ਕੋਈ ਉਹਦੇ ਪੁੱਤ ਨੂੰ ਕਹਵੇ ਕਿ ਨੈਸ ਨੈਸ ਤਾਂ ਮੁਰਾਦ ਭਲਾ ਅੱਜ ਤੁਸੀਂ ਸਾਡੇ ਡੇਰੇ ਤੇ ਆਇਆ ਜਾਓ ਵੀ ਕਹਿ ਲੋ ਤੁਹਾਡੀ ਮਾਫੀ ਕੀਤਾ ਜਾ ਚਲੋ ਠੀਕ ਹੈ ਐਸੀ ਆਏ ਆ ਤੇਰੇ ਪਿਓ ਤੇਰੀਆਂ ਸ਼ਿਕਾਇਤਾਂ ਲੈ ਕੇ ਸਮਝ ਆਈ ਕਿ ਨਹੀਂ ਇਹਨੂੰ ਸਮਝਾਓ ਜਰਾ ਓਏ ਕਿਤੇ ਖਪਤੀ ਜੇ ਹੋ ਕੇ ਆਇਆ ਇਹਨਾਂ ਦੇ ਲਈ ਕੋ ਖਾਣ ਪੀਣ ਦਾ ਬੰਦਾ ਬਸ ਤਕਰਾ ਸਰਾਦ ਲਿਆ ਯਾਰ ਸਮਾਨ ਖਾਂਸਾ ਬਣਾ ਬਣਾ ਇੱਥੇ ਜ਼ਰਾ ਪਾਣੀ ਜ਼ਰਾ ਬਣਾ ਕੇ ਪਿਲਾ ਇਹਨਾਂ ਨੂੰ ਪਾਣੀ ਪਈ ਆ ਹਾ ਸ਼ਕਲ ਜੀ ਵੀ ਬਣਾ ਸ਼ਕਲ ਜੀ ਵੀ ਨਹੀਂ ਸ਼ਕਲ ਜੀ ਵੀ ਬਣਾ ਉਹ ਮੇਰੀ ਗੱਲ ਸੁਣਾ ਭਾਈਆ ਓ ਲੋਗੋ ਸਾਡੇ ਡੇਰੇ ਤੇ ਆ ਕੇ ਅੱਬੇ ਦਾ ਅਸੂਲ ਆ ਅੱਬੂ ਨੇ ਅੱਜ ਤੱਕ ਖਾਣ ਤੋਂ ਬਗੈਰ ਭੋਵੇਂ ਜਾਣ ਦੇਵੇ ਪੀਣ ਤੋਂ ਬਗੈਰ ਨਹੀਂ ਜਾਣ ਦਿੰਦਾ ਇਹ ਤੋਂ ਬਗੈਰ ਬੈ ਨਹੀਂ ਹਾਈ ਚੱਕਰ ਜਾਣ ਦਿੱਤਾ ਨਾਲ ਇਹਨੇ ਤੁਹਾਨੂੰ ਰੋਜ਼ ਛੇੜਦਾ ਤੁਸੀਂ ਕਿਤੇ ਰੋਜ਼ ਆਉਣਾ ਮੇਰੀ ਗੱਲ ਤੇ ਸੁਣ ਲਓ ਰੋਕਣਾ ਨਹੀਂ ਰੋਕਣਾ ਨਹੀਂ ਤੈਨੂੰ ਹੌਸਲਾ ਦੇ ਰਿਹਾ ਬੀ ਇਹਨਾਂ ਨਾਲ ਛੇੜਦਾ ਓਏ ਮੇਰਾ ਪੁੱਤ ਜਦਾਵਾ ਕੰਨੇ ਪੂਰੇ ਪਿੰਡ ਦੇ ਵਿੱਚ ਇਹਦਾ ਅਜੇ ਤੱਕ ਲਾਮਾ ਨਹੀਂ ਆਇਆ ਅੱਛਾ ਜੀ ਅੱਜ ਜਦੋਂ ਵੀ ਕੋਈ ਗੱਲ ਹੋਈ ਆ ਕਿ ਰਾਣੇ ਜਾਜ ਨੇ ਆਹ ਕਰ ਦਿੱਤਾ ਉਹਨੇ ਸਾਡਾ ਭਲਾ ਕਰ ਦਿੱਤਾ ਇੱਕ ਬਲਜੇ ਦਾ ਗਾਟਰ ਬੰਦ ਸੀ ਅੱਛਾ ਤੇ ਬਾਲਟੀ ਲੈ ਕੇ ਤਿੰਨ ਘੰਟੇ ਨੇ ਆਪ ਗਾਰ ਕੱਢੀ ਅੱਛਾ ਜੀ ਤੇ ਮੈਂ ਇਹਨੂੰ ਕਿੱਦਾਂ ਬੁਰਾ ਕਹ ਦਿਆ ਬਸ ਮੈਂ ਸਿਰਫ ਤੁਹਾਡੀਆਂ ਗੱਲਾਂ ਸੁਣਨ ਆ ਕਿ ਤੁਸੀਂ ਕਿਹੜਾ ਰੋਜ ਆਪ ਕਰਦੇ ਆ ਅੱਬਾ ਦੀ ਬਰਫ਼ ਸਾਰੀ ਪਾਣੀ ਬਰਫ਼ ਸਾਰੀ ਪਾਣੀ ਹਾਂ ਹਾਂ ਵੇ ਮੇਰੀ ਗੱਲ ਸੁਣੋ ਓ ਬੈਠ ਜਾਓ ਪਾਣਾ ਸਾਹਿਬ ਕਿਹੜੀ ਗੱਲ ਕਰ ਰਹੇ ਤੁਸੀਂ ਪੂਰੀ ਪਾ برف ਨਾ ਕਿਹੜਾ ਰੋਜ ਆਉਣਾ ਕੀ ਹੋ ਗਿਆ ਤੁਹਾਨੂੰ ਓ ਮੌਸਮ ਦੇ ਹਿਸਾਬ ਦੇ ਨਾਲ ਖਾਤਰ ਮਦਦ ਕਰੀਦੀ ਆ ਓ ਬੇਵਕੂਫੋ ਓ ਉੱਥੋਂ ਕੋਈ ਪਸ਼ਾਵਰੀ ਕਾਵਾ ਲਿਆ ਕੇ ਸਾਨੂੰ ਪਿਆਓ ਕੋ ਦੁੱਧ ਪੱਤੀ ਪੀਓ ਸਾਡੀ ਆਦਤ ਰਾਣੇ ਉੱਚ ਵੀ برف ਪਾ ਕੇ ਪਿੰਦੇ ਤੁਸੀਂ ਕਿਹੜਾ ਰੋਜ ਓਏ ਇਹ ਤੁਸੀਂ ਓ ਮੇਰੀ ਗੱਲ ਸੁਣੋ ਕਿਦਰ ਨੀਗ ਨੂੰ ਛੋੜੀ ਜਾਤ ਨੇ ਛੋੜ ਮਹਿਮਾਨ ਕਹਿੰਦੇ ਹੁੰਦਾ ਓਏ ਸਰਬਾਲ ਕਹਿੰਦੇ ਹੁੰਦਾ ਅਸੀਂ ਕੁਛ ਨਹੀਂ ਖਾਣਾ ਲੇਕਿਨ ਤੂੰ ਕਾ ਬਪੂਰਾ ਘਰ ਆਪੜਾ ਤੇ ਬਖਸ਼ਾ ਬਾਈ ਸਰਦਾਰ ਓਏ ਰਾਣਾ ਸਾਹਿਬ ਓ ਕਿਤੇ ਭੈੜਿਓ ਬਹਿ ਜਾ ਤੁਸੀਂ ਸਾਡੇ ਕੋਲ ਰੋਜ ਆਉਣਾ ਓਏ ਮੇਰੀ ਗੱਲ ਸੁਣ ਓਏ ਯਾਰ ਦੇਖੋ ਓਏ ਮੁੰਡਾ ਓਏ ਤੈਨੂੰ ਪਤਾ ਹੈ ਕੋਈ ਓ ਛੁਰੀ ਵਾਲਾ ਕੰਮ ਕਰਨ ਡਿਆ ਕਿਤੇ ਇੰਜ ਹੱਥ ਮਾਰਿਆ ਖਾਸਮ ਨੱਕ ਲੈ ਜਾਏਗਾ ਫਿਰ ਜਿਉ ਕਹੋਗੇ ਕਿ ਰਾਣਿਆ ਦੇ ਡੇਰੇ ਤੇ ਨੱਕ ਲੈ ਗਿਆ ਅੱਛਾ ਤੁਸੀਂ ਕਿਤੇ ਰੋਜ ਆਉਣਾ ਆ ਨੱਕ ਸਾਡਾ ਹੁਣ ਇੱਥੇ ਰਹਿ ਕਿਹੜਾ ਗਿਆ ਓਏ ਆ ਸਰਦੀਆਂ ਦਾ ਪੋਹ ਮਾਗ ਦੇ ਦਿਨ ਨੇ ਓ ਸਾਡੇ ਲਈ ਸਕੰਜੀਆਂ ਬਣਾਉਂਦੇ ਹੁਣ ਸਾਡਾ ਨੱਕ ਰਹਿ ਗਿਆ ਲਾਵੇ ਮੈਨੂੰ ਲੱਗਦਾ ਚਾਹ ਜੇ ਇਹਨਾਂ ਨੇ ਅੰਜ ਨਹੀਂ ਖਲਾਉਣਾ ਇੱਕ ਕੌਲਾ ਬਰਫ ਦਾ ਹੋਰ ਮਗਾ ਕੇ ਉਹ ਕਿਹੜੀ ਗੱਲ ਬਹਿ ਕਰ ਰਹੇ ਹੋ ਤੁਸੀਂ ਓਏ ਰਾਣਾ ਸਾਹਿਬ ਓਨ ਇਲਾਕਾ ਮੇਰੀ ਗੱਲ ਸੁਣੋ ਓਏ ਪੁੱਤ ਪੀ ਲਓ ਕੋਸ਼ਰੀ ਦਾ ਘਿਆੜਿਓ ਮੌਸਮ ਦੇ ਮੁਤਾਬਕ ਕੋਈ ਕਿਸੇ ਦੀ ਖਾਤਰ ਕਰੀਦੀ ਆ ਉਹ ਕਿਹੜਾ ਕੂੜਾ ਜਿਹੜਾ ਇਸ ਮੌਸਮ ਤੇ ਵਿੱਚ ਕੰਜਵੀਆਂ ਪੀਂਦਾ ਤੁਸੀਂ ਉਹ ਗੱਲ ਨਹੀਂ ਸੁਣੀ ਕਿਹੜੀ ਰਾਣੇ ਨੇ ਜੋ ਕਹਤਾ ਹਾਂ ਜੋ ਰਾਣੇ ਨੇ ਕਹਤਾ ਸੱਕਾ ਦਿੱਤਾ ਜਾਓ ਪਰ ਤੁਹਾਨੂੰ ਟਿਪ ਦੇ ਚਲੋ। ਉਹ ਮੇਰੀ ਗੱਲ ਸੁਣ ਸਾਨੂੰ ਟਿਪ ਦਿਓ ਅਸੀਂ ਬੈਠੇ ਰਹੇ ਇੱਥੇ। ਅਬ ਮੈਨੂੰ ਸਾਨੂੰ ਟਿਪ ਦੇ ਦੇ। ਸਾਫ। ਮੇਰੀ ਗੱਲ ਸੁਣੋ ਅਸੀਂ ਵੀ ਅਸੀਂ ਨਹੀਂ ਪੀਣੀ ਤੁਸੀਂ ਆ ਜੀ। ਉਹ ਸਾਰੇ ਪਾਦੇ ਸਾਰੇ ਪਾਦੇ ਸਾਰੇ ਪਾਦੇ। ਕਿ ਰਾਣੇ ਆਇਆ ਕੌਲਾ ਬਰਫ ਦਾ ਵੀ ਇੱਕ ਤੇ ਨਿੰਬੂ ਵੀ ਭਰ ਕੇ ਪਿਆ। ਉਹ ਮੇਰੀ ਗੱਲ ਤਾਂ ਸੁਣ ਲਓ ਕੀ ਹੋ ਗਿਆ ਤੁਹਾਨੂੰ? ਸਾਰੇ ਪੁੱਤ ਘਟ ਸਾਰੇ ਮਹਿਮਾਨ ਦੀ ਨਹੀਂ ਸੁਣੀਦੀ ਇਹਨਾਂ ਨੇ ਕਿਹੜਾ ਰੋਜ ਆਉਣਾ। ਉਹ ਮੇਰੀ ਗੱਲ ਤੇ ਸੁਣਨਾ ਤੁਸੀਂ ਉੱਤੇ ਆ ਜਾਓ ਬਹਿ ਜਾਓ ਤੁਸੀਂ ਪਾਲਿਸਾਰਚਾਈਤਾ ਤੁਹਾਨੂੰ ਦੱਸ ਦਾਂਗੇ ਹਾਂ ਹਾਂ 30 ਦਾਂਗੇ ਦੇ ਦਿਆਂਗੇ ਕਰਜ਼ਾ ਕਢਾ ਕੇ ਬੰਕਾਰ ਵੇਚ ਦੇਗੇ ਇਹ ਕੰਮ ਲੈ ਇਹ ਕੰਮ ਲੈ ਆਹ ਦੇਖੋ ਤੁਸੀਂ ਸੁਣੋ ਉਹਨੇ ਲਿਆ ਕੋ ਮੇਰੀ ਗੱਲ ਸੁਣ ਹੈ ਅਸੀਂ ਖਾਨ ਸਾਹਿਬ ਲੋਗਾਂ ਗਲੇ ਵਾਸਤੇ ਖੱਟਾ ਮਮਨੂਹ ਆ ਸਾਨੂੰ ਉਹ ਬੈਠਾ ਸ਼ਰਾਜ ਓ ਜਾਜ ਨੂੰ ਇੱਕ ਕੌਲਾ ਬਰਫ਼ ਦਾ ਹੋਰ ਦੇ ਦੇ। ਓਏ ਲੋਕੋ ਇਹਨੂੰ ਕੀ ਹੋ ਗਿਆ ਤੁਹਾਨੂੰ ਸਾਡੇ ਲਈ ਇੰਨੀ ਠੰਡੀ ਕਰੀ ਜਾਂਦੇ ਹੋ। ਜਾਜਾ ਹਾਂ ਇਹਨਾਂ ਨੂੰ ਪੁੱਤ ਉਹ ਪੰਜ-ਪੰਜ ਗਲਾਸ ਪਿਉੜੇ ਆ। ਓ ਕਿਉਂ ਇਹਨਾਂ ਨੇ ਕਿਹੜਾ ਰਾਣੇ ਵਾਲ ਰੋਜ ਆਉਣਾ। ਗੱਲ ਕੀ ਗੱਲ ਪਿਆ ਮੇਰਾ ਪੁੱਤ ਤੁਹਾਨੂੰ ਪੰਜ ਬਰਫ਼ ਘਟਾ ਤੇ ਹੋਰ ਮੰਗਾ ਲੈਨੇ। ਓਏ ਹੋਰ ਬਰਫ਼ ਕੀ ਕਰਨੀ ਸਾਡੀਆਂ ਲਾਸ਼ਾਂ ਨੂੰ ਲਾਉਣੀ ਆ। ਓ ਚਲੋ ਤੁਹਾਡੀਆਂ ਲਾਸ਼ਾਂ ਨੂੰ ਵੀ ਅਸੀਂ ਲਾ ਦੇਾਂਗੇ। ਤੁਸੀਂ ਕਿਹੜਾ ਰਾਣਿਆ ਕੋ ਰੋਜ ਆਉਣਾ। ਯਾਰ ਕੈਸੀ ਗੱਲ ਕਰ ਰਹੇ ਹੋ ਤੁਸੀਂ। ਅੱਬੇ ਨੇ ਜੋ ਕਹਿਤਾ ਸੋ ਕਹਿਤਾ। ਮੇਰਾ ਪੁੱਤ ਕਹਤਾ ਸਾਰੇ ਫਾਦ ਆ। ਅੱਦੇ ਆਵਾਜ਼ ਚ ਬੜਾ ਦਰਾ ਦਾ ਨਿੰਬੋ ਜਾ ਕੇ ਲੱਗੇਗਾ ਨਾ ਤਾ ਜ਼ਰਾ ਤਬਈਅਤ ਨਹੀਂ ਹੋਣਾ ਰਣੇ ਸਾਹਿਬਾ ਦੇਖੋ ਖੁਦਾ ਦਾ ਵਾਸਤਾ ਜੇ ਮਰੋ ਮਿਲ ਕੋ ਮਾਫੀਆ ਨਾ ਮੰਗੋ ਹੈ ਉਹ ਤੁਸੀਂ ਕਿਹੜਾ ਰਾੜੇ ਕੋ ਰੋਜ਼ ਆਉਣਾ ਮੇਰੀ ਗੱਲ ਤਾਂ ਸੁਣ ਲਓ ਗੱਲ ਸੁਣੋ ਮੇਰੀ ਰਾੜੇ ਅੱਗੇ ਮੇਰੇ ਪੁੱਤ ਦੀ ਗੱਲ ਨਹੀਂ ਸੁਣੀ ਰਾੜੇ ਦੇ ਜੋ ਕਹਿਸਾ ਤੋ ਕਹਿਤਾ ਉਹਨੂੰ ਪਤਾ ਅੱਬਾ ਜਿੰਦਾ ਬੜਾ ਪੱਕਾ ਉਹ ਜਿੰਦਾ ਤੇ ਤੁਸੀਂ ਐਡੇ ਪੱਕਿਆਂ ਕੋਲੇ ਮਗਾਏ ਆ ਤੇ ਕੋਲੇ ਆ ਕੀ ਕਰੀ ਜਾਂਦੇ ਆ ਉਹ ਤੁਹਾਨੂੰ ਖਾਣ ਪੀਣ ਦੀ ਕੋਈ ਤਮੀਜ਼ ਨਹੀਂ ਹੈਗੀ ਅੱਲਾ ਰਹਿਮ ਕਰੇ ਖਾਲ ਸਾਹਿਬ ਸਾਡੋ ਪਤਾ ਤੁਹਾਡਾ ਅਸੀਂ ਕੋਲਿਆਂ ਦੇ ਲਾਗੇ ਸ਼ਕਲ ਵੀ ਬੜਾਉਂਦਾ ਆ ਆ ਵੇਖੋ ਤੇ ਸਾਡੋ ਮਹਿਸੂਸ ਲਾਵੇ ਤੁਸੀਂ ਕਿਹੜਾ ਰਾੜਿਆ ਕੋ ਰੋਜ਼ ਆਉਣਾ ਰੋਜ਼ ਆ ਜਾ ਨਹੀਂ ਆ ਮਰੇ ਪਾਪੋ ਤੋ ਕਮੀਨੀ ਉਹ ਕਰ ਰਿਹਾ ਜਾਂਦਾ ਆਪਾਂ ਦਾ ਬਸ ਬਸ ਹੋ ਗਿਆ ਸਾਡਾ ਮਰਹਮਾਨ ਕਿਲਦਾ ਹੀ ਹੁੰਦਾ ਹੈ ਤੈਨੂੰ ਵੀ ਤਾਂ ਪਤਾ ਹੀ ਨਾ ਫੋੜਾ ਉਹ ਨਹੀਂ ਐਸੀ ਨਹੀਂ ਪੀਣੀ ਉਹ ਸ਼ਰਾਬ ਨਿੰਬੂ ਨਹੀਂ ਜੇ ਆਪਣੇ ਦਾਦੇ ਵਾਲੀ ਬੰਦੂਕ ਦੋ ਕਾਰਟੂਸ ਪਾ ਕੇ ਲੈ ਕੇ ਆਇਆ ਕੀ ਗੱਲ ਕਰ ਰਹੇ ਨੇ ਕਿਹੜਾ ਰੋਜ ਆਉਣਾ ਓਏ ਅਸੀਂ ਨਹੀਂ ਆ ਪੀਣੀ ਤਾਂ ਲਈ ਕੁਝ ਹੋਰ ਮੰਗਾ ਲਓ ਉਹ ਬਗਾਈ ਤੇ ਆ ਬੰਦੂਕ ਜਿੰਨੇ ਨਾ ਪੀਤੀ ਉਹਦੇ ਅੰਦਰ ਹੀ ਜਾਣਾ ਨਾ ਇੱਕ ਕਮਾ ਕਰ ਉਹ ਮੇਰੀ ਗੱਲ ਸੁਣ ਰਹਿਣਾ ਅਸੀਂ ਨਹੀਂ ਪੀਣੀ ਕਾਕਾ ਉੱਥੇ ਬਾਹਰ ਦਰਵਾਜ਼ੇ ਦੇ ਰੱਖ ਕੇ ਨਾ ਇਦੀ ਸਬੀਲਾ ਦੇ ਅਸੀਂ ਦੀ ਪੀਣੀ ਦੇਖੋ ਅੱਬੇ ਨੇ ਹੁਣ ਬੰਦੂਕ ਮੰਗਾ ਲਈ ਐ ਹੁਣ ਇਹ ਆ ਕਿ ਜੇ ਤੁਸੀਂ ਸ਼ਕੰਜੀ ਪੀ ਲਈ ਤਾਂ ਪੀ ਲਈ ਨਹੀਂ ਤੇ ਤੁਹਾਨੂੰ ਇੱਕ ਇੱਕ ਘਰ ਤੋਂ ਸਪੀਣਾ ਪੈਣਾ ਇੱਕ ਇੱਕ ਘਰ ਤੋਂ ਉਹਦੇ ਵਿੱਚ ਸ਼ਰਲ ਕਿੰਨੇ ਹੁੰਦੇ ਜਾਂ ਮੈਨੂੰ ਤਾਂ ਕਿੰਨੇ ਮਰ ਦੇਰ ਹੋ ਗਈ ਆ 8 ਨੰਬਰ ਸ਼ਹੀਨ ਵਾਲਿਆਂ ਦਾ ਆ ਤੇ ਐਡਾ ਐਡਾ ਮੋਟਾ ਸ਼ਰ ਅੱਠ ਨੇ ਬਸ ਠੀਕ ਆ ਬੰਦੇ ਚੰਗੇ ਹੋਣਗੇ ਨਾ ਇੱਥੇ ਮੈਨੂੰ ਤੂੰ ਹੀ ਲੈ ਕੇ ਆ ਐ ਸ਼ਰਮਾ ਕਹਿੰਦਾ ਇਹ ਪੀਓ ਨੂੰ ਦੱਸ ਦੇ ਜਾਂ ਲੜ 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 ਅੱਜ ਵੀ ਚਾਹ ਪੂਰਾ ਕਰ ਲੋ ਤੁਸੀਂ ਕਿਹੜਾ ਰਾਣੇ ਵਾਲੇ ਰੋ ਰੋ ਮੇਰੀ ਗੱਲ ਤੇ ਆ ਮਾਰ ਲਿਆ ਯਾਰ ਸਕੰਜਵੀ ਨੂੰ ਮਰੋ ਦੇਖੋ ਤੇ ਸਹੀ ਮਾ ਜਰਾ ਜਹਾਜ ਪਤ ਲਚੋੜ ਜਰਾ ਬਸ ਕਰੋ ਭਾਈ ਕੀ ਹੋ ਗਿਆ ਤੁਹਾਨੂੰ ਕਾਲਾ ਲੋਹਣ ਤੇ ਨਹੀਂ ਪਾਉਣਾ ਉਹ ਕਾਲਾ ਲੋਹਣ ਕੌਣ ਪਾਉਣਾ ਸਾਡੇ ਜਖਮ ਉਹ ਕਿਉਂ ਸਾਡੇ ਜ਼ਖਮਾਂ ਤੇ ਨਹੀਂ ਪਾਉਣਾ ਉਸੇ ਅਸਲ ਦੇ ਵਿੱਚ ਆ ਗਏ ਉਹ ਨਾਦਕ ਲੋਗ ਉਸੇ ਜਰਾ ਬੱਕਰਾ ਸ਼ੱਕਰਾ ਖਾਣੇ ਕਿਤੇ ਡਕਾ ਡਕੋਰ ਇਲਾਮ ਲੱਗਾ ਹੋਵੇ ਹਾਂਜੀ ਤਾਨੂੰ ਡਕਾਰ ਵੀ ਆ ਜਾਗਾ ਤੁਸੀਂ ਰਾਣੇ ਵਾਲ ਕਿਤੇ ਰੋਜ ਆਉਣਾ ਮੈਂ ਰੋਜ ਨਹੀਂ ਆਉਂਦੇ ਭਾਈ ਅੱਗੇ ਤੋਂ ਸਾਡੀ ਸਾਡੀ ਤੌਬਾ ਭਾਈ ਜਿਵੇਂ ਅੱਲਾਹ ਦੀ ਐਨੋ ਜਾਜ ਐਨੋ ਮੇਰਾ ਪੋਤਾ ਕੋਲਾ ਭਰ ਕੇ ਦੇ ਦੇ ਤੇ ਆਜੇ ਮੂੰਹ ਨੂੰ ਦਵਾ ਬੜਾ ਹੀ ਲਾਦੇ ਯਾਰ ਉਹ ਮੇਰੀ ਗੱਲ ਸੁਣੋ ਇਹ ਕਿਤੇ ਕਹਿਣਾ ਆ ਭਾਈ ਅਬਸ ਕਰ ਸੋਹਣਿਆ ਕੀ ਹੋ ਗਿਆ ਅਬ ਤੁਮੂ ਕੇ ਲਿਆਪ ਹੋਸਤਾ ਮੋਦੂ ਕਾ ਕਿਵੇਂ ਬੇਹਦਾਂ ਤੇ ਲੋਕਾਂ ਚ ਫਸ ਗਏ ਲੋ ਪੀਓ ਪੀਓ ਬਿਸਮਿਲ੍ਲਾ ਕਾਲਾ ਬਸ ਕਰੋ ਭਾਈ ਕੀ ਹੋ ਗਿਆ ਕਿਤੇ ਤੁਸੀਂ ਪੀਂਦੇ ਅਕੇਲਾ ਕਿਹਾ ਕਿ ਰਾਣੇ ਕੋ ਗਿਆ ਰਾਣੇ ਨੇ ਖਜਵਾ ਤੇ ਨਹੀਂ ਕੀਤੀ ਤੁਸੀਂ ਕਿਹੜਾ ਹੋ ਜਾਣਾ ਜੇ ਨਹੀਂ ਪੀਂਦੇ ਤੇ ਪੋਰਾ ਪੋਰਾ ਹੋ ਜਾਂਦੇ ਪੀਂਦਾ ਪੀਂਦਾ ਮੇਰੇ ਕੋਲ ਬਾਈ ਠੀਕ ਹੈ ਪਹਿਲਾਂ ਤੁਸੀਂ ਸ਼ੁਰੂ ਕਰੋ ਪੀਂਦਾ ਜਾਂਦੇ ਰਾਣਿਆਂ ਦਾ ਤੇ ਰੋਜ ਦਾ ਕੰਮ ਉਹ ਮੇਰੀ ਗੱਲ ਤੇ ਸੁਣੋ ਉਹ ਇਹ ਨਹੀਂ ਮੂੰਹ ਪਾਤਾ ਮਰੇ ਉਹ ਤੋਂ ਬਰਫ਼ ਤੇ ਵੇਖ ਕਿੰਨੀ ਪਾਈ ਇਹਦੇ ਵਿੱਚ ਉਹ ਬਰਫ਼ ਘਾਟਾ ਤੇ ਹੋਰ ਬਗਾ ਲੈਂਦੇ ਓਏ ਅਸੀਂ ਕੁਟਕੋਰ ਕਰਨੀ ਆ ਸਾਨੂੰ ਬਰਫ਼ ਦੀਆਂ ਪੱਟੀਆਂ ਕਰਨੀਆਂ ਉਹ ਮੌਸਮ ਤੇ ਵੇਖ ਕਿਹੜਾ ਪੱਟ ਗਿਆ ਜੇ ਤੁਸੀਂ ਗੱਲ ਨਾ ਮੰਨੀ ਤੇ ਤੁਹਾਨੂੰ ਉਲਝ ਹੋ ਜਾਣੀਆ ਕਿਸੀ ਕਿਹੜਾ ਰਾਣੇ ਕੋ ਰੋਜ ਆਉਣਾ ਓਏ ਕਿਸੀ ਕਿਹੜੇ ਰਾਣੇ ਕੋ ਰੋਦ ਆ ਗਿਆ ਓ ਚਲਾ ਦਹੀਂ ਪੀਲਦੇ ਤੇ ਫਿਰ ਨਾ ਪੀਂਡ ਓ ਬੈਕਾ ਸ਼ਰਾਜ ਉਥੋਂ ਪੁੱਤ ਲਿਆ ਕਿਹੜਾ ਪੱਖਾ ਵੱਡਾ ਇੱਥੇ ਤੇਜ਼ ਹਵਾ ਚਲਾ ਦੇ ਉਹ ਕੀ ਕਰਨ ਦਾ ਪੱਖਾ ਪੱਖਾ ਤੱਕ ਕੋਲੇ ਚੁੱਕਦੀ ਆ ਫਿਰ ਓਏ ਕੋਲੇ ਤੇ ਰਾਣੇ ਲੈ ਆਪਣੇ ਲਈ ਬਾਲੇ ਆ ਪੱਖਾ ਤੇ ਤੁਹਾਡੇ ਲਈ ਬਗਾਇਆ ਠੰਡੀਆਂ ਹਵਾਵਾ ਲਵੋ ਤੁਸੀਂ ਕਿਹੜਾ ਰਾਣੇ ਵੱਲ ਰੋਜ ਆਉਣਾ ਮੇਰੀ ਗੱਲ ਸੁਣੋ ਨਾ ਤੁਸੀਂ ਉੱਚੀ ਆਵਾਜ਼ ਚਲਾਉਂਦਾ ਓਏ ਹਾਂ ਬੰਦ ਕਰਿਆ ਪੱਖਾ ਸਭੋਲਾ ਦੇ ਪੁੱਤ ਮਹਿਬਾਨ ਖਿਲਦੇ ਹੀ ਹੁਲਦੇ ਆ ਇਹਨਾਂ ਨੇ ਕਿਹੜਾ ਰੋਜ ਆਉਣਾ ਬੈਜ ਬੈਜ ਮੈਂ ਨਹੀਂ ਬੈਠਾ ਦੱਸੇ ਉਹ ਚੱਲਾ ਇਹ ਪੱਖਾ ਲਾ ਤਾ ਮੈਨੂੰ ਜੀਵੀਰ ਗੱਲਾਂ ਤੇ ਹੋਰ ਦੱਸੋ ਭੈਣੋ ਮੈਂ ਆਪਾਂ ਸਾਹਿਬ ਓਏ ਬੇੜਾ ਤੇ ਤੁਹਾਡਾ ਇਹ ਜਿਹਿਆਂ ਦਾ ਅਨਸ਼ਵਾ ਆਪਣੇ ਲਈ ਕੋਲੇ ਵਾਲੇ ਆ ਆ ਸਾਡੇ ਲਈ ਸਕੰਜਵੀ ਬਣਵਾ ਉੱਤੋਂ ਪੱਖਾ ਲਵਾ ਲਿਆ ਦਰ ਫਿਟੇ ਮੂੰ ਤਾ ਚੱਲ ਫਿਟੇ ਮੂੰ 90 ਤਰੀਕੇ ਕੋੜੇ ਵਾਲਾ ਅਮਰ ਨੈਸ਼ ਉਹ ਪਾਵਾ ਦੋ ਤਾ ਦੇ ਨਾਲ ਲਾਲ ਤਾ ਪਾਈ ਜਾ ਤੁਸੀਂ ਕਿਹੜਾ ਰਾਜਾ ਉਹ ਰੋਜ ਆਉਣਾ ਆ ਜਾ ਫੜੀਓ ਜਰਾ ਨਫਾੜਾ ਵਟਾ ਦਿਓ